ਪ੍ਰਾਈਮ ਏਸ਼ੀਆ ਟੈਲੀਵਿਜ਼ਨ ਵੇਖ ਰਹੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਰ ਵੱਲੋਂ ਪਿਆਰ ਅਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਪ੍ਰਾਈਮ ਟਾਈਮ ਵਿਦ ਬੈਨੀਪਾਲ ਵਿੱਚ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ ਹੈ। ਦੋਸਤੋ, ਹਰ ਰੋਜ਼ ਦੀ ਤਰ੍ਹਾਂ ਇੱਕ ਵਾਰ ਫਿਰ ਤੁਹਾਨੂੰ ਜੀ ਆਇਆਂ ਨੂੰ ਆਖ ਰਿਹਾ। ਅੱਜ ਸਾਡੇ ਨਾਲ ਇੱਕ ਮੀਡੀਆ ਪਰਸਨੈਲਿਟੀ ਨੇ ਜਿਨ੍ਹਾਂ ਨੂੰ ਮੈਂ ਤੁਹਾਡੇ ਰੂਬਰੂ ਕਰਨ ਜਾ ਰਿਹਾ ਹਾਂ। ਆਸਟ੍ਰੇਲੀਆ ਅਤੇ ਦੁਨੀਆ ਦੇ ਵੱਖੋ ਵੱਖ ਹਿੱਸਿਆਂ ਦੇ ਵਿੱਚ ਸ਼ਾਇਦ ਇਹ ਆਵਾਜ਼ ਦਾ ਜਾਦੂਗਰ ਤੁਹਾਡੇ ਕੰਨੀ ਕਦੇ ਕਦਾਈ ਜ਼ਰੂਰ ਪਿਆ ਹੋਵੇ। ਅੱਜ ਆਸਟ੍ਰੇਲੀਆ ਤੋਂ ਚੱਲ ਕੇ ਕੈਨੇਡਾ ਦੀ ਧਰਤੀ 'ਤੇ ਪਹੁੰਚੇ ਪਲਵਿੰਦਰ ਸਿੰਘ ਠੁੱਲੀਵਾਲ ਸਾਡੇ ਮਹਿਮਾਨ ਰਹਿਣਗੇ। ਉਹ ਇੱਕ ਰੇਡੀਓ ਹੋਸਟ ਨੇ, ਰੇਡੀਓ ਜੌਕੀ ਨੇ। ਉਹਨਾਂ ਦੇ ਨਾਲ ਗੱਲਾਂ ਬਾਤਾਂ ਹੋਣਗੀਆਂ, ਕਦੋਂ ਆਸਟ੍ਰੇਲੀਆ ਗਏ, ਕਿਵੇਂ ਆਸਟ੍ਰੇਲੀਆ ਗਏ, ਆਸਟ੍ਰੇਲੀਆ ਦਾ ਸੰਘਰਸ਼ ਕਿਹੋ ਜਿਹਾ ਸੀ ਅਤੇ ਉੱਥੋਂ ਦੀ ਜ਼ਿੰਦਗੀ ਕਿਹੋ ਜਿਹੀ ਅਤੇ ਪੰਜਾਬ ਦੀਆਂ ਕੁਝ ਯਾਦਾਂ ਅਤੇ ਕੁਝ ਚੰਗੇ ਮਾੜੇ ਦਿਨ ਆਸਟ੍ਰੇਲੀਆ ਵਿੱਚ ਕਿਵੇਂ ਬੀਤੇ ਅਤੇ ਕਿਵੇਂ ਬਿਤਾ ਰਹੇ ਨੇ, ਆਸਟ੍ਰੇਲੀਆ ਦੇ ਵਿੱਚ ਮੀਡੀਆ ਕਿਵੇਂ ਪਹਿਲਾਂ ਪਾਉਂਦਾ ਹੈ, ਇਹ ਸਾਰੀਆਂ ਗੱਲਾਂ ਬਾਤਾਂ ਅੱਜ ਦੇ ਪ੍ਰੋਗਰਾਮ ਵਿੱਚ ਹੋਣਗੀਆਂ। ਆਓ ਸਭ ਤੋਂ ਪਹਿਲਾਂ ਠੁੱਲੀਵਾਲ ਸਾਹਿਬ ਦਾ ਸਵਾਗਤ ਕਰਦੇ ਹਾਂ ਅਤੇ ਫਿਰ ਗੱਲਾਂ ਬਾਤਾਂ। ਠੁੱਲੀਵਾਲ ਸਾਹਿਬ ਜੀਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਾਈਮ ਏਸ਼ੀਆ ਦੇਖ ਰਹੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਵਿੱਚ ਸਤਿ ਸ਼੍ਰੀ ਅਕਾਲ। ਧੰਨਵਾਦ ਬੈਨੀਪਾਲ ਸਾਹਿਬ ਮੈਨੂੰ ਇੱਥੇ ਬੁਲਾਉਣ ਲਈ। ਜੀਆਂ ਨੂੰ ਜੀ। ਠੁੱਲੀਵਾਲ ਸਾਹਿਬ, ਜਦੋਂ ਰੇਡੀਓ ਦੀ ਗੱਲ ਚੱਲਦੀ ਹੈ ਜੀ, ਵਿਦੇਸ਼ਾਂ ਦੇ ਵਿੱਚ ਪੰਜਾਬੀ ਮੀਡੀਆ ਕਰਨਾ ਕੋਈ ਸੁਖਾਲਾ ਨਹੀਂ ਜੀ। ਉਸ ਦੇ ਵਿੱਚ ਗਿਣੇ ਚੁਣੇ ਨਾਂ ਹੁੰਦੇ ਨੇ ਕਿਸੇ ਮੁਲਕ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚੋਂ ਉਹਨਾਂ ਦੇ ਵਿੱਚੋਂ ਇੱਕ ਤੁਹਾਡਾ ਨਾਂ ਵੀ ਹੈ ਜੀ। ਮੈਨੂੰ ਦੱਸੋ ਕਿਹੜੇ ਸਾਲ ਦੇ ਵਿੱਚ ਪਹਿਲਾਂ ਆਸਟ੍ਰੇਲੀਆ ਆਏ ਤੁਸੀਂ? ਆਸਟ੍ਰੇਲੀਆ ਜੀ ਮੇਰਾ 2006 ਦੇ ਵਿੱਚ ਆਉਣਾ ਹੋਇਆ ਸੀਗਾ। ਅੱਛਾ ਜੀ। ਮੈਂ ਐਜ਼ ਏ ਸਟੂਡੈਂਟ ਆਸਟ੍ਰੇਲੀਆ ਗਿਆ ਸੀ ਜੀ 2006 ਦੇ ਵਿੱਚ, ਅਤੇ ਪਹਿਲਾਂ ਸੰਘਰਸ਼ ਦਾ ਟਾਈਮ ਸੀ, 3 ਸਾਲ ਦੀ ਪੜ੍ਹਾਈ ਸੀਗੀ ਜੀ, ਅਤੇ ਪੜ੍ਹਨ ਤੋਂ ਬਾਅਦ ਫਿਰ ਪੀ ਆਰ ਦੀ ਫਾਈਲ ਲਾਈ ਅਤੇ ਜੀ ਕਈ ਮਹੀਨਿਆਂ ਸਾਲਾਂ ਬਾਅਦ ਹੀ ਕਹਿ ਲਓ ਪੀ ਆਰ ਦੀ ਫਾਈਲ ਖੋਲ੍ਹੀ ਅਤੇ ਫਿਰ ਪੀ ਆਰ ਹੋਏ ਜੀ। ਅਤੇ ਇਹ ਦੱਸਿਓ, ਆਮ ਤੌਰ 'ਤੇ ਹੁੰਦਾ ਉੱਥੇ ਸਿਰਫ ਇੱਕ ਵਾਰੀ ਜਦੋਂ ਪੰਜਾਬ ਦੇ ਵਿੱਚ ਹੜ੍ਹ ਜਿਹੀ ਆਇਆ, ਮੇਰਾ ਖਿਆਲ 2007 ਦੀਆਂ ਜੇ ਆਪਾਂ ਗੱਲਾਂ ਕਰੀਏ, 6-7 ਦੇ ਨੇੜੇ ਤੇੜੇ, 8-9 ਦੇ ਵਿੱਚ ਬਸ ਉਹ ਜ਼ਿਆਦਾ ਸੀ, ਸ਼ੁਰੂਆਤ 6-7 ਚ ਹੁੰਦੀ ਹੈ ਜੀ। ਉਦੋਂ ਸਿਰਫ ਇਹ ਹੁੰਦਾ ਸੀ ਵਿੱਚ ਆਸਟ੍ਰੇਲੀਆ ਜਾਣਾ, ਕੈਨੇਡਾ ਨੇ ਤਾਂ ਹੁਣ ਦਰਵਾਜ਼ੇ ਖੋਲ੍ਹੇ ਨੇ ਬਿਲਕੁਲ, ਕਿ ਆਸਟ੍ਰੇਲੀਆ ਜਾਣਾ, ਪੜ੍ਹਾਈ ਕੋਰਸ ਜਿਹੜਾ ਮਰਜ਼ੀ ਮਿਲ ਜੇ ਜੀ, ਇਹ ਗੱਲ ਬਹੁਤੀ ਮਾਇਨੇ ਨਹੀਂ ਸੀ ਰੱਖਦੀ। ਸੱਚੀ ਗੱਲ ਇਹੀ ਹੈ ਜਾਂ ਪੜ੍ਹਾਈ ਮਕਸਦ ਸੀ ਜਾਂ ਆਸਟ੍ਰੇਲੀਆ ਜਾਣਾ? ਮੈਨੂੰ ਤਾਂ ਜੀ ਪੜ੍ਹਾਈ ਤਾਂ ਐਡਾ ਮਕਸਦ ਹੈ ਨਹੀਂ ਸੀਗਾ, ਅਤੇ ਸਮਝ ਵੀ ਹੈ ਨਹੀਂ ਸੀ ਜਾ ਕੇ ਪੜ੍ਹਨਾ ਕੀ ਆ ਜੀ, ਅਤੇ ਬਾਹਰ ਜਾਣ ਦਾ ਕੀੜਾ ਵੀ ਹੈ ਨਹੀਂ ਸੀ ਖਾਸ ਮੇਰੇ। ਅੱਛਾ। ਅਤੇ ਕੁਦਰਤੀ ਕਿਸੇ ਨੇ ਸਲਾਹ ਦਿੱਤੀ ਵੀ ਭਾਈ ਬਾਹਰ ਇੱਦਾਂ ਜਾਇਆ ਜਾ ਸਕਦਾ, ਚੱਲ ਜਾਣਾ, ਅਤੇ ਨਾਲ ਹੀ ਆਈਲੈਟਸ ਕੀਤੀ। ਸਾਰਾ ਪ੍ਰੋਸੈਸ ਜੀ 20 ਦਿਨ ਦੇ ਵਿੱਚ ਹੋ ਗਿਆ। ਅੱਛਾ। ਵੀ ਉਦੋਂ ਆਈਲੈਟਸ ਕਰਨੀ ਨਹੀਂ ਔਖੀ ਨਹੀਂ ਸੀ, ਜ਼ਿਆਦਾ ਆਪ ਨੂੰ ਔਖੀ ਨਹੀਂ ਲੱਗੀ ਖੈਰ, ਅਤੇ ਫਿਰ ਇਹ ਨਹੀਂ ਪਤਾ ਸੀ ਵੀ ਜਾਣਾ ਤਾਂ ਕਿਵੇਂ ਆ, ਪੜ੍ਹਾਈ ਉੱਥੇ ਜਾ ਕੇ ਕੀ ਕਰਨੀ ਆ, ਕਿਹੜੇ ਸ਼ਹਿਰ ਜਾਣਾ, ਹਾਂ ਇਹ ਵੀ ਪਤਾ ਨਹੀਂ ਸੀਗਾ ਕਿਹੜੇ ਸ਼ਹਿਰ ਜਾਣਾ। ਅਤੇ ਮੇਰੇ ਇੱਕ ਦੋਸਤ ਨੇਗੇ ਪੰਜਾਬੀ ਦੇ ਉੱਗੇ ਸਿੰਗਰ ਬਾਈ ਸੁਖਵਿੰਦਰ ਸੁੱਖੀ ਜੀ, ਹੈ ਨਾ, ਉਹਨਾਂ ਨਾਲ ਬੜੇ ਪ੍ਰੇਮੀ ਹੈ ਜੀ ਉਹ। ਹਾਂਜੀ, ਉਹਨਾਂ ਨਾਲ ਕਿਸੇ ਫੰਕਸ਼ਨ 'ਤੇ ਇਕੱਠੇ ਬੈਠੇ ਸੀਗੇ, ਅਤੇ ਉਹਨਾਂ ਨਾਲ ਮੈਂ ਸਲਾਹ ਕੀਤੀ, ਮੈਂ ਬਾਈ ਮੈਂ ਇੱਦਾਂ ਕਰਕੇ ਬਾਹਰ ਜਾ ਰਿਹਾ, ਮੇਰਾ ਆਈਲੈਟਸ ਹੋ ਗਿਆ, ਅਤੇ ਮੈਂ ਕਿਹੜੀ ਸਟੱਡੀ ਕਰਾਂ, ਅਤੇ ਹੁਣ ਉਹਨਾਂ ਨੇ ਕਰੀਏ ਐਗਰੀਕਲਚਰ, ਕਹਿੰਦੇ ਐਗਰੀਕਲਚਰ ਕਰ ਲੈਂਦੇ ਉਹ ਵਧੀਆ ਉੱਥੇ, ਹੈ ਨਾ। ਅੱਛਾ। ਅਤੇ ਮੈਨੂੰ ਕੋਈ ਸਮਝ ਹੈ ਨਹੀਂ ਸੀ ਨਾ, ਮੈਂ ਜਾ ਕੇ ਇੱਦੀ ਜਿਹੜੇ ਏਜੰਟ ਹੁੰਦੇ ਨੇ ਉਹਨਾਂ ਨੂੰ ਕਹਿ ਤਾ ਵੀ ਮੈਂ ਐਗਰੀਕਲਚਰ ਦੀ ਸਟੱਡੀ ਲੈਣੀ ਆ, ਉਹਨਾਂ ਨੇ ਪਤਾ ਕੀਤਾ, ਕਹਿੰਦੇ ਵੀ ਐਗਰੀਕਲਚਰ ਤਾਂ ਨਹੀਂ ਮਿਲਣੀ, ਹਾਰਟੀਕਲਚਰ ਮਿਲ ਜੂ, ਉਹ ਲਗਭਗ ਸੇਮ ਹੀ ਸੇਮ ਬਾਗਬਾਨੀ ਕਹਿ ਲਓ, ਮੈਂ ਵੀ ਠੀਕ ਹੈ ਇਹ ਦਵਾ ਦਿਉ, ਅਤੇ ਜੀ ਮੈਨੂੰ ਉਹਨਾਂ ਨੇ ਉਹ ਦਵਾਤਾ ਅਤੇ ਨਾਲ ਚੱਲ ਗਈ, ਉੱਥੇ ਪਤਾ ਕੁਛ ਨਹੀਂ ਸੀਗਾ, ਪਰ ਉੱਥੇ ਜਾ ਕੇ ਕਹਿ ਲਓ ਵੀ ਕਾਫੀ ਸੰਘਰਸ਼ ਕੀਤਾ, ਅਤੇ ਪੜ੍ਹਾਈ ਜਿਹੜੇ ਉੱਥੇ ਆਪਣੇ ਪੰਜਾਬ ਨਾਲੋਂ ਟੋਟਲੀ ਡਿਫਰੈਂਟ ਆ। ਅੱਛਾ। ਅਤੇ ਆਪਣੇ ਪੰਜਾਬ ਦੇ ਵਿੱਚ ਜਿਹੜੇ ਟੋਪਰ ਬੱਚੇ ਨੇ ਉਹਨਾਂ ਦੇ 75% 80% ਨੰਬਰ ਆਉਂਦੇ ਨੇ, ਉੱਥੇ ਸਿਰਫ ਪਾਸ ਹੋਣ ਲਈ ਵੀ 70% ਚਾਹੀਦੇ ਸੀਗੇ। ਅੱਛਾ। ਅਤੇ ਉਹ ਦੇਖ ਕੇ ਇੱਕ ਵਾਰ ਤਾਂ ਦਿਮਾਗ ਹਿੱਲ ਗਿਆ ਵੀ ਇਹ ਕਿੱਦਾਂ ਹੋਣਗੇ ਨਾ, ਪਰ ਬਾਬਾ ਜੀ ਕਿਰਪਾ ਨਾਲ ਮਿਹਨਤ ਕੀਤੀ ਜੀ, ਸਾਰਾ ਕੁਛ ਹੋ ਗਿਆ। ਅਤੇ ਉਹਨਾਂ ਦਿਨਾਂ ਦੇ ਵਿੱਚ ਇਹ ਸੀਗਾ ਵੀ ਜੇ ਤੁਸੀਂ ਪੜ੍ਹਨ ਜਾਂਦੇ ਹੋਗੇ ਨਾ ਅਤੇ ਉੱਥੇ ਤੁਸੀਂ ਨਾਲ ਨਾਲ ਕੰਮ ਵੀ ਕਰ ਸਕਦੇ ਹੋ, ਪਰ ਹੁੰਦੀ ਲਿਮਿਟ ਸੀਗੀ, ਪਰ ਕੰਮ ਮੈਨੂੰ ਜਾਂਦੇ ਨੂੰ ਜਿਹੜਾ ਸੀਗਾ ਉਹ ਪਹਿਲਾਂ ਨਿੱਕੇ ਨਿੱਕੇ ਕੰਮ ਮਿਲੇ, ਪਰ ਉਹ ਮੈਂ ਕਰੇ ਨਹੀਂ ਜੀ। ਅੱਛਾ। ਇੱਕ ਤਾਂ ਉਹੀ ਪਿੰਡੋਂ ਗਏ ਸੀ, ਆਦਤ ਉਹੋ ਜਿਹੀ ਬਣੀ ਸੀ, ਹੈ ਨਾ, ਵੀ ਉਹ ਇੱਕ 2 ਦਿਨ ਕਰਕੇ ਮੈਂ ਛੱਡ ਤੇ, ਅਤੇ ਬਾਅਦ ਦੇ ਵਿੱਚ ਮੈਨੂੰ ਜਿਹੜਾ ਕੰਮ ਵਧੀਆ ਲੱਗਿਆ ਜੀ ਉਹ ਸੀ ਟੈਕਸੀ ਚਲਾਉਣਾ। ਅੱਛਾ। ਉਹ ਚਲਾਈ ਜੀ? ਹਾਂ, ਮੈਂ ਕੈਬੀ ਕਹਿੰਦੇ ਆ, ਕੈਬੀ ਕਹਿੰਦੇ ਆ। ਮੈਂ ਜਾਂਦੇ ਦਾ ਥੋੜ੍ਹੇ ਮਹੀਨੇ ਬਾਅਦ ਲਾਇਸੈਂਸ ਬਣ ਗਿਆ ਸੀਗਾ, ਅਤੇ ਨਾਲ ਨਾਲ ਫਿਰ ਮੈਂ ਪੜ੍ਹਾਈ ਕੀਤੀ, ਅਤੇ ਪੜ੍ਹਾਈ ਦੇ ਨਾਲ ਨਾਲ ਮੈਂ ਜਿਵੇਂ ਰਾਤ ਨੂੰ ਟੈਕਸੀ ਚਲਾਉਣੀ ਅਤੇ ਦਿਨੇ ਪੜ੍ਹਨ ਜਾਣਾ, ਹੈ ਨਾ। ਅਤੇ ਇਹ ਸੰਘਰਸ਼ ਚੱਲਿਆ ਜੀ 2-2.5 ਸਾਲ, ਅਤੇ 2-2.5 ਸਾਲ ਤੋਂ ਬਾਅਦ ਫਿਰ ਪੀ ਆਰ ਲਾਂਚ ਕੀਤੀ, ਅਤੇ ਪਰ ਜਿਹੜੇ ਉਦੋਂ ਰੂਲ ਸੀਗੇ ਬੜੇ ਸੌਖੇ ਸੀ, ਪਰ ਜਿਹੜੇ ਰੂਲ ਬਾਅਦ 'ਚ ਔਖੇ ਹੋਏ ਨੇ ਉਹ ਸਾਡੇ ਸਾਹਮਣੇ ਸਾਹਮਣੇ ਹੁੰਦੇ ਗਏ। ਮੈਨੂੰ ਤੁਸੀਂ ਦੱਸਿਓ, ਹੁਣ ਤੁਸੀਂ ਰੂਲਸ ਦੀ ਗੱਲ ਕੀਤੀ ਆ, ਚਮਚੇਤ ਹੀ ਤੁਸੀਂ ਉਸ ਕਮੋੜ 'ਤੇ ਮੈਨੂੰ ਖੜ੍ਹਾ ਕਰਤਾ ਲਿਆ ਕੇ, ਇਹ ਜਿਹੜੇ ਔਖਾ ਕੰਮ ਹੋਇਆ, ਰੂਲ ਟਫ ਹੋ ਗਿਆ ਸਿਸਟਮ ਜੀ, ਇਹ ਕੀ ਬਹੁਤੀ ਸਟੂਡੈਂਟਸ ਦੀ ਦੇਣ ਹੈ ਜਾਂ ਸਰਕਾਰ ਦੀ ਦੇਣ ਹੈ? ਦੋਨਾਂ ਦੀ ਦੇਣ ਹੈ ਜੀ। ਉਹ ਕਿਵੇਂ? ਇਹ ਤਾਂ ਇੱਕ ਤਾਂ ਜਿਹੜੀ ਸਰਕਾਰ ਦੀ ਦੇਣ ਤਾਂ ਇਹ ਹੈ ਵੀ ਸਰਕਾਰ ਉੱਥੋਂ ਦੀ ਬੜੀ ਸਮਾਰਟ ਹੈ ਜੀ। ਅੱਛਾ।
ਉਹ ਅੱਜ ਤੋਂ 25 ਸਾਲ ਐਡਵਾਂਸ ਸੋਚਦੀ ਆ, ਉਹ ਨਹੀਂ ਚਾਹੁੰਦੀ ਵੀ ਸਾਡਾ ਹਾਲ ਯੂਕੇ ਵਰਗਾ ਜਾਂ ਕਿਸੇ ਹੋਰ ਕੰਟਰੀ ਵਰਗਾ ਹੋ ਜਾਵੇ, ਅਸੀਂ ਫੁੱਲ ਹੋ ਜਾਈਏ ਇੱਥੇ। ਅਤੇ ਉਹ ਬੰਦੇ ਉਹਨਾਂ ਨੂੰ ਬੁਲਾਉਂਦੀ ਆ ਜਿਨ੍ਹਾਂ ਦੀ ਉਹਨਾਂ ਨੂੰ ਲੋੜ ਆ ਗਈ। ਦੇਖੋ ਪਹਿਲਾਂ ਸਟੂਡੈਂਟ ਨੂੰ ਬੁਲਾਉਂਦੇ ਨੇ, ਉਹ ਉਹਨਾਂ ਨੂੰ ਫੀਸ ਲੈਂਦੇ ਨੇਗੇ, ਫਿਰ ਉਹ ਕਈ ਗੁਣਾ ਵੱਧ, ਕਈ ਗੁਣਾ ਵੱਧ, ਫਿਰ ਉਹ ਆਪਣੇ ਹਿਸਾਬ ਦੇ ਨਾਲ ਬੰਦੇ ਨੂੰ ਆਪਣੇ ਸਿਸਟਮ ਦੇ ਵਿੱਚ ਫਿੱਟ ਕਰਦੇ ਆ, ਸਟੱਡੀ ਉਹਨਾਂ ਨੂੰ ਉੱਧਰ ਹੀ ਕਰਵਾਉਣੀ ਹੈਗੀ, ਅਤੇ ਫਿਰ ਉਹਨੂੰ ਫੀਸ ਲੈ ਕੇ ਫਿਰ ਉਹ ਉਹਨੂੰ ਪੀਅਰ ਕਰਦੇ ਆ, ਫਿਰ ਨਾਲ ਉਹ ਜੁਆਇਨ ਸ਼ੋਅ ਕਰਦੇ ਵੀ ਅਸੀਂ ਇੰਨੇ ਪਰਸੈਂਟ ਜਿਹੜੇ ਇਮੀਗ੍ਰੇਸ਼ਨ ਕਰ ਲੈ ਰਹੇ ਆ ਵੀ ਅਸੀਂ ਹੋਰ ਨਹੀਂ ਲੈ ਸਕਦੇ। ਇਸ ਦੇ ਆਧਾਰ 'ਤੇ ਉਹਨਾਂ ਨੇ ਜਿਹੜੇ ਪਿੱਛੇ ਜੇ ਰਿਫਿਊਜੀ ਆਉਂਦੇ ਸੀਗੇ ਉਹ ਟੋਟਲੀ ਬੰਦ ਕਰਤੇ ਆਸਟ੍ਰੇਲੀਆ ਦੇ ਵਿੱਚ। ਅੱਛਾ, ਪਹਿਲਾਂ ਇਹ ਹੁੰਦਾ ਸੀ ਕੋਟਾ ਵੀ ਤੁਸੀਂ ਇੰਨੇ ਪਰਸੈਂਟ ਆਸਟ੍ਰੇਲੀਆ ਨੇ ਰਿਫਿਊਜੀ ਜਾਂ ਕੋਈ ਵੀ ਮਾਈਗ੍ਰੇਟਰ ਲੈਣੇ ਲੈਣੇ ਨੇਗੇ, ਪਰ ਹੁਣ ਉਹ ਸਟੂਡੈਂਟਾਂ ਨੂੰ ਪੀ ਕਰਦੇ ਕਿ ਉੱਧਰੋਂ ਕੱਟ ਆਫ ਕਰਤਾ ਜਾਊ, ਨਾਲੇ ਪੈਸੇ ਬਣਾਉਂਦੇ ਆ। ਹਾਂਜੀ, ਅਤੇ ਬਾਅਦ ਦੇ ਵਿੱਚ 65 ਸਾਲਾਂ ਤੱਕ ਉਹਨਾਂ ਤੋਂ ਕਮਾਈ ਕਰ ਲੈਣਗੇ, ਕਮਾਈ ਕਰਦੇ ਜੀ, ਨਾਲੇ ਆਪਣੇ ਹਿਸਾਬ ਦੇ ਨਾਲ ਜਿਹੜੀ ਚਾਹੀਦੀ ਸਿਸਟਮ ਦੇ ਵਿੱਚ ਫਿੱਟ ਕਰਦੇ ਜੀ। ਜਿਹੜਾ ਸਟੂਡੈਂਟਸ ਦਾ ਉਹਨਾਂ ਦਿਨਾਂ ਦੇ ਵਿੱਚ ਰੌਲਾ ਬਹੁਤ ਪਿਆ, ਉਹ ਦਰਅਸਲ ਸਥਿਤੀ ਕਿਹੋ ਜਿਹੀ ਸੀ, ਕਿਉਂਕਿ ਤੁਸੀਂ ਮੈਲਬੋਰਨ ਵਰਗੇ ਵੱਡੇ ਸ਼ਹਿਰ 'ਚ ਰਹਿੰਦੇ ਹੋ ਜਿੱਥੇ ਪੰਜਾਬੀਆਂ ਦੀ ਭਾਰਤੀਆਂ ਦੀ ਕਾਫੀ ਵੱਡੀ ਗਿਣਤੀ ਹੈ ਜੀ, ਉਹ ਕੀ ਅਸਲ ਦੇ ਵਿੱਚ ਅਸਲੀਅਤ ਕੀ ਸੀ? ਰੌਲਾ ਕੋਈ ਖਾਸ ਨਹੀਂ ਸੀ, ਜ਼ਿਆਦਾ ਤਾਂ ਮੀਡੀਆ ਦਾ ਕਹਿ ਲਓ ਵੀ ਕਰਿਆ ਹੋਇਆ ਸੀਗਾ। ਅੱਛਾ, ਅਤੇ ਐਡੀ ਗੱਲਬਾਤ ਨਹੀਂ ਸੀ, ਪਰ ਥੋੜ੍ਹਾ ਬਹੁਤ ਕਿਤੇ ਹੈ ਵੀ ਸੀ, 100% ਵੀ ਇਹਨੂੰ ਇਗਨੋਰ ਨਹੀਂ ਕਰ ਸਕਦੇ। ਇੱਕ ਤਾਂ ਜਿਹੜਾ ਮੈਂ ਕਾਰਨ ਸਮਝਦਾਂਗਾ ਵੀ ਉੱਥੇ ਯੂਥ ਗਿਆ ਸੀਗਾ, ਅਤੇ ਯੂਥ ਘਰੋਂ ਬਾਹਰ ਹੋ ਜਾਵੇ, ਮਾਂ ਪਿਓ ਕੋਲ ਨਾ ਹੋਣ, ਤਾਂ ਵੈਸੇ ਹੀ ਡਰ ਚੱਕ ਜਾਂਦਾ ਬੰਦੇ ਦਾ, ਆਪ ਮੁਹਾਰੇ। ਹਾਂ, ਅਤੇ ਬਾਕੀ ਗਰਮ ਖੂਨ ਹੈ ਨਾ, ਅਤੇ ਇਹ ਵੀ ਇਹ ਗੱਲਾਂ ਹੈਗੀਆਂ ਸੀ। ਅਤੇ ਕੰਮ ਤੋਂ ਜਾ ਕੇ ਇੱਦਾਂ ਦੇ ਕਰਨੇ, ਟੈਕਸੀ ਦੇ ਵਿੱਚ ਜਾ ਕੇ ਜਿਹਦੇ ਪਰ ਕੋਈ ਬੌਸ ਨਾ ਹੋਵੇ, ਆਪਣੀ ਮਨ ਮਰਜ਼ੀ ਚੱਲਦੀ ਹੋਵੇ, ਅਤੇ ਤੁਸੀਂ ਟੈਕਸੀ ਦੇ ਵਿੱਚ ਕਸਟਮਰ ਬਹਾਇਆ, ਅਤੇ ਜੇ ਉਹ ਤਿੜਫਿੜ ਕਰਦਾ ਹੀ ਨਹੀਂ ਪਤਾ ਉਹਨੂੰ ਕਿੱਥੇ ਜਾ ਕੇ ਤਾਰ ਦੇਣਾ। ਅੱਛਾ, ਇਹ ਕੰਮ ਕਰਦੇ ਰਹੇ, ਇਹ ਹੁੰਦਾ ਸੀਗਾ। ਅੱਛਾ, ਇਹ ਹੁੰਦਾ ਰਿਹਾ, ਕਿਉਂਕਿ ਨਾ ਕਈ ਕੰਪਲੇਂਟਾਂ ਵੀ ਹੋਈਆਂ, ਅਤੇ ਉਹਨਾਂ ਨੂੰ ਉਹਨਾਂ ਲਾਇਸੈਂਸ ਵੀ ਕੈਂਸਲ ਹੋਏ, ਪਰ ਇਹ ਹੋਇਆ ਸਾਡੀਆਂ ਅੱਖਾਂ ਸਾਹਮਣੇ, ਇਹ ਹੁੰਦੀ ਚੀਜ਼ ਹੁੰਦੀ ਰਹੀ ਆ। ਅਤੇ ਜੇ ਕੋਈ ਹੁਣ ਗੱਲਬਾਤ ਹੁੰਦੀ ਆ, ਆਪਾਂ ਲੰਘ ਰਹੇ ਹਾਂ, ਕਿਸੇ ਗੋਰੇ ਨੇ ਕੋਈ ਕਮੈਂਟ ਕਰਤਾ ਹੈ ਨਾ, ਅਤੇ ਉਹਨੂੰ ਫਿਰ ਇਹ ਨਹੀਂ ਇਗਨੋਰ ਨਹੀਂ ਕਰਨਾ, ਖੜ ਕੇ ਫਿਰ ਪੁੱਛਣਾ ਵੀ ਹਾਂ ਤੂੰ ਇੱਦਾਂ ਕਿਉਂ ਬੋਲਿਆ। ਉੱਥੋਂ ਫਿਰ ਲੜਾਈ ਵੱਧਦੀ ਵੱਧ ਜਾਂਦੀ ਸੀਗੀ। ਇਹ ਗੱਲਾਂ ਹੈਗੀਆਂ ਸੀਗੀਆਂ, ਪਰ ਜਿੰਨਾ ਮੀਡੀਆ ਨੇ ਦਿਖਾਇਆ ਗਾ ਵੀ ਉੱਥੇ ਗੋਰੇ ਜਾਂ ਉੱਥੇ ਐਂ ਕਰਦੇ, ਉਹ ਐਡੀ ਗੱਲ ਨਹੀਂ ਸੀਗੀ। ਅੱਛਾ, ਇਹ ਸਾਰੀਆਂ ਚੀਜ਼ਾਂ ਦਾ ਅਸਰ ਜਿਹੜਾ ਸਖਤੀ ਹੋਈ ਹੈ ਉਹਦੇ 'ਚ ਹੱਥ ਹੈ? ਕੁਛ ਪਰਸੈਂਟ ਕਹਿ ਸਕਦੇ ਹਾਂ। ਅੱਛਾ, ਕੁਛ ਪਰਸੈਂਟ ਕਹਿ ਸਕਦੇ ਹਾਂ, ਅਤੇ ਪਰ ਜਿਹੜੀ ਸਖਤੀ ਆ ਉਹ ਜਿਹੜੀ ਗੌਰਮੈਂਟ ਆ ਜੀ, ਉਹ ਤੁਹਾਨੂੰ ਦੱਸਿਆ ਵੀ ਉਹ ਪ੍ਰੀ ਪਲੈਨ ਚੱਲਦੀ ਹੈਗੀ, ਅਤੇ ਸਖਤੀ ਇਕੱਲੇ ਪੰਜਾਬੀ ਲਈ ਤਾਂ ਨਹੀਂ ਹੋਈ ਹੈਗੀ, ਉਹ ਤਾਂ ਸਾਰੇ ਜਿੰਨੇ ਹੋਰ ਕੰਟਰੀ ਤੋਂ ਲੋਕ ਆਉਂਦੇ ਉਹਨਾਂ ਲਈ ਵੀ ਸੇਮ ਰੂਲ ਐਂਡ ਰੈਗੂਲੇਸ਼ਨ ਹੈਗੇ ਨੇਗੇ, ਉਹਨਾਂ ਲਈ ਵੀ ਹੈਗੀ। ਉਹ ਤਾਂ ਹੁਣ ਬਹੁਤ ਸਾਰੇ ਮਾਪੇ ਇਸ ਵਕਤ ਆਪਾਂ ਨੂੰ ਪੰਜਾਬ ਦੇ ਵਿੱਚ, ਇੰਡੀਆ ਵਿੱਚ ਵੀ ਵੇਖ ਰਹੇ ਨੇ ਜਾਂ ਦੁਨੀਆ ਦੇ ਹੋਰਨਾਂ ਮੁਲਕਾਂ ਵਿੱਚ ਵੀ ਬੈਠੇ ਵੇਖ ਰਹੇ ਨੇ ਜੀ। ਉਹਨਾਂ ਮਾਪਿਆਂ ਦੀ ਵੀ ਦੌੜ ਕਈ ਵਾਰੀ ਹੁੰਦੀ ਹੈ ਕਿ ਅਸੀਂ ਆਪਣੇ ਧੀ ਨੂੰ ਜਾਂ ਆਪਣੇ ਪੁੱਤ ਨੂੰ ਆਸਟ੍ਰੇਲੀਆ ਜਾਂ ਸਾਡੇ ਇਹਨਾਂ ਮੁਲਕਾਂ ਕੈਨੇਡਾ ਵਰਗੇ ਮੁਲਕਾਂ 'ਚ ਪੜ੍ਹਨ ਵਾਸਤੇ ਭੇਜੀਏ ਜੀ। ਜਿਹੜੇ ਮਾਪੇ ਤਿਆਰੀ ਕਰੀ ਬੈਠੇ ਹੈ ਜਾਂ ਜਿਹੜੇ ਬੱਚੇ ਸੋਚਦੇ ਆ ਕਿ ਆਸਟ੍ਰੇਲੀਆ ਪੜ੍ਹਨ ਜਾਣਾ ਜੀ, ਉਹਨਾਂ ਨੂੰ ਕੀ ਕਹੋਗੇ ਵੀ ਉਹ ਕੀ ਕਰਨ ਕੀ ਨਾ ਕਰਨ, ਕਿਹੜੀਆਂ ਗੱਲਾਂ ਉਹਨਾਂ ਵਾਸਤੇ ਜ਼ਰੂਰੀ ਨੇ, ਕਿਹੜੀਆਂ ਨਹੀਂ? ਹਾਂ, ਜਿਹੜੇ ਬੱਚੇ ਪੰਜਾਬ ਤੋਂ ਬਾਹਰ ਆਸਟ੍ਰੇਲੀਆ ਜਾਂ ਕੈਨੇਡਾ ਦੇ ਵਿੱਚ ਪੜ੍ਹਨਾ ਆਉਣਾ ਚਾਹੁੰਦੇ ਨੇਗੇ, ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਇਹ ਕਹੂੰਗਾ ਵੀ ਤੁਸੀਂ ਇੱਕ ਪ੍ਰੋਪਰ ਰਿਸਰਚ ਕਰੋ। ਅੱਜ ਕੱਲ੍ਹ ਤੁਹਾਡੇ ਜੇਬਾਂ ਦੇ ਵਿੱਚ ਫੋਨ ਤੁਹਾਡੇ ਹੱਥਾਂ ਵਿੱਚ ਹੈਗੇ ਨੇਗੇ, ਤੁਸੀਂ ਗੂਗਲ 'ਤੇ ਕੱਢ ਕੇ ਦੇਖੋ ਤੁਸੀਂ ਕਿੱਥੇ ਪੜ੍ਹਨ ਜਾ ਰਹੇ ਹੋ ਅਤੇ ਕੀ ਪੜ੍ਹਨ ਜਾ ਰਹੇ ਹੋ, ਉਹਦੀ ਕੀ ਵੈਲਿਊ ਆ, ਅਤੇ ਉੱਥੋਂ ਦੀ ਜਿਹੜੀ ਗੌਰਮੈਂਟ ਆ ਜਾਂ ਇਮੀਗ੍ਰੇਸ਼ਨ ਆ ਉਹਦੇ ਕੀ ਰੂਲ ਐਂਡ ਰੈਗੂਲੇਸ਼ਨ ਨੇ ਉਹ ਤੁਸੀਂ ਜ਼ਰੂਰ ਪੜ੍ਹਿਆ ਕਰੋ। ਬਾਕੀ ਰਾਦਰ ਦੈਨ ਕੋਈ ਫੇਸਬੁੱਕ ਚੈੱਕ ਕਰਨ ਤੋਂ ਇਲਾਵਾ ਕੋਈ ਕੰਮ ਦੀ ਚੀਜ਼ਾਂ ਵੀ ਤੁਸੀਂ ਜ਼ਰੂਰ ਪੜ੍ਹਿਆ ਕਰੋ। ਜਿਹੜੀਆਂ ਕੁੜੀਆਂ ਜਾ ਰਹੀਆਂ ਬਾਹਰ, ਉਹਨਾਂ ਕਰਕੇ ਮੈਂ ਖਾਸ ਸਾਡੇ ਸੁਣਨ ਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਕਹਿਣਾ ਚਾਹੂੰਗਾ ਵੀ ਜਿਹੜੀ ਕੁੜੀ ਪੜ੍ਹਨ ਜਾ ਰਹੀ ਹੈ, ਤੁਹਾਡੀ ਕੁੜੀ ਦੀ ਜੇ ਵਿਆਹ ਦੀ ਉਮਰ ਹੈਗੀ ਹੈਗੀ ਅਤੇ ਉਹ ਬੈਟਰ ਆ ਵੀ ਤੁਸੀਂ ਵਿਆਹ ਕਰਕੇ ਹੀ ਭੇਜੋ। ਉਹਦੇ ਦੋ ਫਾਇਦੇ ਨੇ ਬੈਨੀਵਾਲ ਸਾਹਿਬ ਜੀ। ਇੱਕ ਤਾਂ ਜਦੋਂ ਬੱਚਾ ਗੁੱਡੀ ਕੋਈ ਵਿਆਹ ਕਰਵਾ ਕੇ ਜਾਂਦੀ ਆ, ਉਹਦੇ 'ਚ ਲੜਕੀ ਆ ਪੜ੍ਹ ਲੈਂਦੀ ਹੈ ਅਤੇ ਲੜਕਾ ਕੰਮ ਕਰ ਲੈਂਦਾ ਗਾ, ਸੌਖਾ ਹੋ ਜਾਂਦਾ ਫੀਸਾਂ ਵਗੈਰਾ ਦੇਣੀਆਂ। ਦੂਜੀ ਗੱਲ ਇਹ ਆ ਵੀ ਮਾਪਿਆਂ ਦਾ ਫਾਇਦਾ ਹੁੰਦਾ ਉਹਦੇ ਵਿੱਚ, ਪਹਿਲਾਂ ਨਹੀਂ ਜੇ ਉਹ ਸਿੰਗਲ ਕੁੜੀ ਨੂੰ ਭੇਜਦੇ ਬਾਹਰ, ਪਹਿਲਾਂ ਤਾਂ ਉਹਨੂੰ ਬਾਹਰ ਭੇਜਣ 'ਤੇ ਖਰਚਾ ਕਰਦੇ ਆ, 2-3 ਸਾਲ ਉਹ ਖਰਚਾ ਹੁੰਦਾ ਰਹਿੰਦਾ, ਵੱਡੀ ਅਮਾਊਂਟ ਹੁੰਦੀ ਖਰਚਾ, ਕੋਈ ਛੋਟਾ ਖਰਚਾ ਨਹੀਂ ਹੈਗਾ ਉਹ। ਬਾਅਦ ਦੇ ਵਿੱਚ ਉਹ ਦੁਬਾਰਾ ਫਿਰ ਵਿਆਹ ਕਰਨ 'ਤੇ ਫਿਰ ਖਰਚਾ ਕਰਦੇ ਆ, ਡਬਲ ਖਰਚਾ ਹੋ ਜਾਂਦਾ ਗਾ। ਅਤੇ ਕਿਹੜੇ ਫਿਕਰ ਚਿੰਤਾ ਹੁੰਦੀ ਹੈ ਮਾਪਿਆਂ ਨੂੰ ਇਕੱਲੇ ਧੀ ਪੁੱਤ ਦੀ ਬਾਹਰ, ਉਹ ਆਪਾਂ ਸਾਰੇ ਸਮਝਦੇ ਹਾਂ ਨਾ ਕਿੰਨੀ ਵੱਡੀ ਹੁੰਦੀ ਆ ਉਹ। ਵੀ ਜੇ ਤੁਸੀਂ ਆਪਣੀਆਂ ਬੇਟੀਆਂ ਦਾ ਵਿਆਹ ਕਰਕੇ ਬਾਹਰ ਭੇਜੋਗੇ ਤਾਂ ਉਹ ਜ਼ਿਆਦਾ ਵਧੀਆ ਗੱਲ ਹੈਗੀ, ਅਤੇ ਤੁਹਾਨੂੰ ਵੀ ਜਿਹੜੀ ਚੰਗੀ ਨੀਂਦ ਆਊਗੀ ਰਾਤ ਨੂੰ, ਅਤੇ ਤੁਹਾਡਾ ਪੈਸਾ ਵੀ ਬਚੇਗਾ, ਅਤੇ ਤੁਹਾਡੇ ਜਿਹੜੇ ਬੱਚੇ ਨੇ ਉਹ ਵੀ ਖੁਸ਼ ਰਹਿਣਗੇ ਵੀ ਉੱਥੇ ਦੋਨੇ ਜਣੇ ਮਿਲ ਕੇ ਪੜ੍ਹਨਗੇ ਵੀ ਅਤੇ ਕੰਮ ਵੀ ਕਰਨਗੇ, ਅਤੇ ਉਹਨਾਂ ਜਿਹੜੀ ਜ਼ਿੰਦਗੀ ਆ ਉਹ ਸੌਖੀ ਹੋ ਜਾਏਗੀ ਜੀ। ਦੋਸਤੋ, ਇਸ ਵਕਤ ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਵੇਖ ਰਹੇ ਹੋ ਅਤੇ ਸਾਡੇ ਮਹਿਮਾਨ ਅੱਜ ਠੁੱਲੀਵਾਲ ਸਾਹਿਬ ਨੇ, ਗੱਲਾਂ ਬਾਤਾਂ ਹੁੰਦੀਆਂ ਰਹਿਣਗੀਆਂ, ਸਮਾਂ ਬ੍ਰੇਕ ਦਾ।
ਫੁੱਲੀਵਾਲ ਸਾਹਿਬ ਦੇ ਨਾਲ ਅੱਜ ਦੀ ਇਸ ਮੁਲਾਕਾਤ ਨੂੰ ਅੱਗੇ ਤੋਰਦੇ ਹਾਂ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸੰਘਰਸ਼ ਹਰ ਇੱਕ ਵਿਅਕਤੀ ਨੂੰ ਕਰਨਾ ਪੈਂਦਾ ਜੀ, ਪਰ ਉਹ ਸੰਘਰਸ਼ ਫਿਰ ਚੰਗੇ ਦਿਨ ਵੀ ਲਿਆਉਂਦਾ। ਬਿਲਕੁਲ। ਫਿਰ ਜਦੋਂ ਤੁਸੀਂ ਭਾਵੇਂ ਸੁਖਵਿੰਦਰ ਸੁੱਖੀ ਦੀ ਆਖਿਆ ਹੋਰਟੀਕਲਚਰ ਭਰ ਦਿੱਤਾ, ਉਸ ਪੜ੍ਹਾਈ ਨੇ, ਉਸ ਸਟੱਡੀ ਨੇ ਜ਼ਿੰਦਗੀ ਦੇ ਵਿੱਚ ਜਾਂ ਫਿਊਚਰ ਦੇ ਵਿੱਚ ਭਵਿੱਖ ਬਿਲਡ ਕਰਨ ਦੇ ਵਿੱਚ ਭੂਮਿਕਾ ਨਿਭਾਈ ਜੀ? ਜੀ ਬਿਲਕੁਲ, ਜੇ ਮੈਂ ਪੀ ਆਰ ਹੋਇਆਂਗਾ ਆਸਟ੍ਰੇਲੀਆ ਦੇ ਵਿੱਚ ਜਾ ਕੇ ਤਾਂ ਮੈਂ ਉਸੇ ਸਟੱਡੀ ਦੇ ਬੇਸ 'ਤੇ ਹੀ ਹੋਇਆਂਗਾ, ਅਤੇ ਪਰ ਪਹਿਲਾਂ ਸਮਝ ਨਹੀਂ ਸੀ, ਪਰ ਜਦੋਂ ਪੜ੍ਹਨ ਚਲੇ ਗਏ ਹੁਣ ਵੀ ਦੇਖਿਆ ਵੀ ਹੁਣ ਪੰਗਾ ਤਾਂ ਲੈ ਲਿਆ, ਪਰ ਉਹਨੂੰ ਪੂਰਾ ਕੀਤਾ ਅਤੇ ਚੰਗਾ ਮਨ ਲਾ ਕੇ ਮੈਂ ਪੜ੍ਹਾਈ ਕੀਤੀ ਉੱਥੇ। ਇਹੋ ਜਿਹੀ ਗੱਲ ਨਹੀਂ ਵੀ ਕੋਈ ਨਕਲ ਮਾਰ ਕੇ ਪਾਸ ਹੁੰਦੇ ਨੇ, ਚੰਗਾ ਮਨ ਲਾ ਕੇ ਪੜ੍ਹਾਈ ਕੀਤੀ ਹੈ, ਜਿਹੜੀ ਉਹਨਾਂ ਦੀ ਰਿਕੁਆਇਰਮੈਂਟਾਂ ਸੀਗੀਆਂ ਉਹ ਸਾਰੀਆਂ ਪੂਰੀਆਂ ਕੀਤੀਆਂ ਜੀ, ਅਤੇ ਫਿਰ ਕਿਤੇ ਜਾ ਕੇ ਮੈਨੂੰ ਉਹਨਾਂ ਨੇ ਪੀ ਆਰ ਦਿੱਤੀ ਸੀ। ਅਤੇ ਬਾਅਦ ਦੇ ਵਿੱਚ ਜ਼ਿੰਦਗੀ ਉੱਥੇ ਬੈਨੀਪਾਲ ਸਾਹਿਬ ਬਹੁਤ ਸੌਖੀ ਹੋ ਗਈ। ਪਹਿਲਾਂ ਤਾਂ ਸੰਘਰਸ਼ ਦੇ ਦਿਨ ਹੈਗੇ ਸੀ 4-5 ਸਾਲ, ਪਰ ਹੁਣ ਮੈਨੂੰ ਉੱਥੇ 12 ਸਾਲ ਹੋ ਗਏ ਨੇ ਜੀ। ਮੈਂ ਆਪਣੀ ਬਹੁਤ ਵਧੀਆ ਸੌਖੀ ਜ਼ਿੰਦਗੀ ਉੱਥੇ ਬਤੀਤ ਕਰ ਰਿਹਾ ਹੈਗਾ, ਅਤੇ ਆਪਣਾ ਪਰਿਵਾਰ, ਆਪਣਾ ਘਰ ਹੈਗਾ, ਅਤੇ ਆਪਣਾ ਬਿਜ਼ਨਸ ਹੈਗਾ, ਅਤੇ ਕਮਿਊਨਿਟੀ ਦੇ ਵਿੱਚ ਵਿਚਰਦੇ ਹੈਗੇ, ਅਤੇ ਬਾਬੇ ਦੀ ਕਿਰਪਾ ਨਾਲ ਅੱਜ ਤੁਹਾਡੇ ਵਰਗੇ ਮਿੱਤਰਾਂ ਦੇ ਸਹਿਯੋਗ ਨਾਲ ਨਾਂ ਵੀ ਬਣਿਆ ਹੋਇਆ ਹੈਗਾ। ਅਤੇ ਸਾਰੇ ਕੰਮ ਜੇ ਮੈਂ ਸਟੱਡੀ ਕੀਤੀ ਆ, ਸਾਰੇ ਰੂਲ ਐਂਡ ਰੈਗੂਲਰ ਫੋਲੋ ਕੀਤੇ ਨੇ ਆਸਟ੍ਰੇਲੀਆ ਦੇ, ਇਹ ਤਾਂ ਕਰਕੇ ਸੰਭਵ ਹੋਇਆ ਜੀ, ਨਹੀਂ ਤਾਂ ਨਹੀਂ ਹੋਣਾ ਸੀਗਾ। ਹੁਣ ਤੁਸੀਂ ਬਿਜ਼ਨਸ ਦੀ ਗੱਲ ਕਰਦੇ ਹੋ, ਇਮੋਟੀਵੇਸ਼ਨਲ ਗੱਲ ਕਰੀਏ, ਜਿਹੜੇ ਬੱਚੇ ਉੱਥੇ ਹਜੇ ਤਾਜ਼ੇ ਗਏ ਨੇ ਜਾਂ ਉਡਾਰੀ ਪਰਵਾਜ਼ ਭਰਨ ਵਾਲੇ ਆ, ਬਿਜ਼ਨਸ ਕੀ ਕੀਤਾ, ਉਹ ਜਿਹੜੀ ਸਟੱਡੀ ਕੀਤੀ ਉਹਦੇ ਅਕੋਰਡਿੰਗ ਕੁਛ ਮਿਲਿਆ ਜਾਣਾ? ਬਿਲਕੁਲ ਬੈਨੀਪਾਲ ਸਾਹਿਬ, ਮੈਂ ਉਹਦੇ ਅਕੋਰਡਿੰਗ ਹੀ ਕਰਨਾ ਚਾਹੁੰਦਾ ਸੀਗਾ। ਅੱਛਾ। ਮੈਂ ਹੋਰਟੀਕਲਚਰ ਕੀਤੀ ਸੀ, ਨਾਲ ਕਹਿ ਲਓ ਵੀ ਇੱਕ ਤਰ੍ਹਾਂ ਦੀ ਐਗਰੀਕਲਚਰ ਹੀ ਆ, ਹੁਣ ਮਿਲਦਾ ਜੁਲਦਾ ਗਾ। ਮੈਂ ਇੱਕ ਜੱਟ ਪਰਿਵਾਰ ਨੂੰ ਬਿਲੋਂਗ ਕਰਦਾ ਜੀ। ਮੈਂ ਉਹ ਜਿਹੜਾ ਕੰਮ ਸੀ ਉਹ ਮੈਂ ਉਹ ਪ੍ਰੈਕਟੀਕਲੀ ਕਰ ਲਿਆ ਸੀ, ਅਤੇ ਥਿਓਰੀਕਲੀ ਮੈਂ ਪੜ੍ਹ ਲਿਆ ਸੀ, ਮੈਨੂੰ ਉਹ 'ਚ ਚੰਗੀ ਸਮਝ ਸੀਗੀ। ਮੈਂ ਉੱਥੇ ਆਪਣਾ ਫਾਰਮ ਲੈਣਾ ਚਾਹੁੰਦਾ ਸੀ, ਮੈਂ ਫਾਰਮ ਦੇਖੇ ਵੀ। ਅੱਛਾ। ਪਰ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਵੱਡੀ ਪ੍ਰੋਬਲਮ ਸੀ ਉੱਥੇ ਆਸਟ੍ਰੇਲੀਆ ਦੇ ਵਿੱਚ 2007-08 ਦੀ ਮੈਂ ਗੱਲ ਕਰਦਾ ਗਾ, ਉੱਥੇ ਪਾਣੀ ਦੀ ਬਹੁਤ ਦਿੱਕਤ ਸੀ, ਕਿੱਲਤ ਸੀ ਜਦੋਂ। ਅੱਛਾ ਜੀ। ਅਤੇ ਪਾਣੀ ਉੱਥੇ ਫਾਰਮਾਂ ਲਈ ਵੀ ਕਾਫੀ ਮਹਿੰਗਾ ਗਾ। ਅੱਛਾ ਜੀ। ਅਤੇ ਹੁਣ ਤਾਂ ਥੋੜ੍ਹਾ ਫਰਕ ਪੈ ਗਿਆ, ਪਹਿਲਾਂ ਬਹੁਤ ਜ਼ਿਆਦਾ ਮਹਿੰਗਾ ਸੀ, ਘਰ ਦੇ ਵਿੱਚ ਆਪਾਂ ਗੱਡੀ ਉਦੋਂ ਧੋਣੀ ਲੋੜ ਨਹੀਂ ਸੀਗੀ ਉਦੋਂ। ਅੱਛਾ। ਸਟੇਜ ਸ਼ਾਇਦ 3 ਲੱਗੀ ਸੀ ਉਦੋਂ। ਅੱਛਾ ਜੀ। ਅਤੇ ਇੱਦਾਂ ਆਪਾਂ ਪਾਣੀ ਬੋਲ ਸੰਜਮ ਨਾਲ ਯੂਜ਼ ਕਰਦੇ ਸੀ ਉਸ ਟਾਈਮ, ਅਤੇ ਪਰ ਉਦੋਂ ਦਾ ਉਹ ਆਈਡੀਆ ਸੀ ਜਦੋਂ ਉਹ ਲੰਘ ਗਿਆ, ਉਹ ਕਿਉਂਕਿ ਪ੍ਰੋਬਲਮ ਆ ਰਹੀ ਸੀ ਨਾ ਫਾਰਮ ਲੈਣ ਦੇ ਵਿੱਚ ਵੀ, ਅਤੇ ਫਾਰਮ ਨੂੰ ਕੋਈ ਜਲਦੀ ਜਲਦੀ ਹੱਥ ਨਹੀਂ ਪਾਉਂਦਾ ਸੀ ਉਦੋਂ ਪਾਣੀ ਕਰਕੇ। ਅਤੇ ਉਦੋਂ ਫਿਰ ਹੋਰ ਬਿਜ਼ਨਸ ਦੇ ਵਿੱਚ ਪੈ ਗਏ, ਤਾਂ ਉਦੋਂ ਫਿਰ ਮੁੜ ਕੇ ਬਿਜ਼ਨਸ ਕਿਹੜੇ 'ਚ ਪੈ ਜੀ? ਮੈਂ ਟਰਾਂਸਪੋਰਟ 'ਚ ਆ ਗਿਆ ਸੀ 2009 ਦੇ ਵਿੱਚ ਜੀ। ਅੱਛਾ ਜੀ। ਅਤੇ 2009 ਤੋਂ ਲੈ ਕੇ ਹੁਣ ਤੋਂ ਮੈਂ ਸਟਿਲ ਟਰਾਂਸਪੋਰਟ। ਵੈਸੇ ਪੰਜਾਬੀਆਂ ਦੇ ਮੁੱਢ ਕਦੀਮੋ ਹੀ ਮਨ ਭਾਉਂਦੇ ਬਿਜ਼ਨਸ ਨੇ ਜਾਂ ਖੇਤੀਬਾੜੀ ਕਰਨੀ ਹੈ ਜਾਂ ਫਿਰ ਟਰਾਂਸਪੋਰਟ। ਇਹਦਾ ਕਾਰਨ ਹੁਣ ਦੱਸਦਾ ਕੀ ਹੈ ਜੀ, ਇਹਦੇ ਵਿੱਚ ਕਿਹੜਾ ਤੁਹਾਡਾ ਬੌਸ ਆ ਉਹ ਸਿਰ 'ਤੇ ਨਹੀਂ ਹੁੰਦਾ। ਹਾਂ, ਆਪਣਾ ਆਪ ਹੀ ਸਿਰ ਆਪਣਾ ਤੁਸੀਂ ਆਪ ਬੌਸ ਹੋਗੇ, ਅਤੇ ਉਹ ਇੱਕ ਆਪਣੇ ਖੂਨ ਦੇ ਵਿੱਚ ਹੈ ਵੀ ਆਪਾਂ ਵੀ ਕਿਸੇ ਦੇ ਅੰਡਰ ਰਹਿ ਕੇ ਕੰਮ ਕਰਨਾ ਆਪਾਂ ਨੂੰ ਥੋੜ੍ਹਾ ਔਖਾ ਲੱਗਦਾ। ਅਤੇ ਹੁਣ ਟਰੱਕ ਇੰਡਸਟਰੀ ਹੈਗੀ, ਚਾਹੇ ਟੈਕਸੀ ਹੈਗੀ, ਚਾਹੇ ਤੁਹਾਡਾ ਫਾਰਮ ਹੈਗਾ, ਉਹਦੇ ਵਿੱਚ ਤੁਹਾਡੇ ਉੱਪਰ ਬੌਸ ਨਹੀਂ ਹੈਗਾ। ਬਿਲਕੁਲ। ਤੁਸੀਂ ਚੰਗਾ ਕੰਮ ਕਰੋ ਤੁਹਾਨੂੰ ਚੰਗੇ ਪੈਸੇ ਬਣਦੇ ਆ, ਨਹੀਂ ਕਰੋਗੇ ਤੁਹਾਨੂੰ ਮਾੜੇ ਬਣਦੇ ਆ, ਤੁਹਾਡਾ ਆਪ ਡਿਸਾਈਡ ਕਰਨਾ, ਪਰ ਤੁਹਾਡੀ ਤੁਸੀਂ ਔਨ ਬੌਸ ਹੋ ਜੀ, ਜ਼ਿੰਦਗੀ ਸੌਖੀ ਹੋ ਚ। ਅੱਛਾ, ਜਦੋਂ ਹੁਣ ਟਰਾਂਸਪੋਰਟੇਸ਼ਨ ਵੱਲ ਗਏ, ਤੁਸੀਂ ਟਰਾਂਸਪੋਰਟੀਏ ਬਣ ਗਏ ਜੀ, ਪਹਿਲਾਂ ਟਰੱਕ ਲੈਣ ਦੇ ਵਿੱਚ ਕਿਉਂਕਿ ਤੁਹਾਡੀ ਲਾਈਨ ਕੋਈ ਨਹੀਂ, ਹਾਂ, ਉਹ ਫਿਰ ਮਦਦਗਾਰ ਕੌਣ ਸਾਬਤ ਹੋਇਆ ਜਾਂ ਸਰਚ ਕਿਵੇਂ ਕੀਤੀ? ਉਹ ਵੱਡੀ ਗੱਲ ਸਾਂਝੀ ਕਰਨਾ ਚਾਹੁੰਦਾ ਮੈਨੀਪਾਲ ਸਾਹਿਬ, ਜਦੋਂ ਮੈਂ ਟਰੱਕ ਲਿਆ ਮੈਂ ਉਦੋਂ ਪੀ ਆਰ ਹੋਇਆ ਨਹੀਂ ਸੀ ਹਲੇ। ਅੱਛਾ ਜੀ, ਟੀ ਆਰ ਸੀ? ਹਾਂ, ਟੀ ਆਰ ਸੀਗਾ ਉਦੋਂ, ਅਤੇ ਲੋਨ ਕੋਈ ਨਹੀਂ ਹੁੰਦਾ ਸੀ। ਅੱਛਾ। ਅਤੇ ਜਿਹੜੀ ਤੁਸੀਂ ਗੱਲ ਕਰੀ ਮਦਦਗਾਰ ਦੀ, ਅਤੇ ਮਦਦਗਾਰ ਮੇਰੇ ਸਾਡੇ ਮੇਰੇ ਪਾਪਾ ਜੀ ਸਾਹਿਬ, ਉਹ ਮਦਦਗਾਰ ਹੋਏ ਪੰਜਾਬ ਤੋਂ। ਪੰਜਾਬ ਤੋਂ ਉਹਨਾਂ ਨੇ ਮੈਨੂੰ ਪੈਸੇ ਭੇਜੇ, ਅਤੇ ਕੁਛ ਪੈਸੇ ਮੈਂ ਜੋੜੇ ਹੋਏ ਸੀਗੇ ਉਹ ਪਾਏ, ਅਤੇ ਲੈ ਉਹ ਫਿਰ ਮੈਂ ਟਰੱਕ ਕੈਸ਼ ਲਿਆ ਜੀ ਪਹਿਲਾਂ ਟਰੱਕ। ਵਾਹ। ਹਾਂ, ਫਿਰ ਸੜਕਾਂ 'ਤੇ ਜਦੋਂ ਦੌੜਿਆ ਡਾਲਰ ਕਮਾਏ ਸੀ ਚੰਗੇ? ਮੈਂ ਬਿਲਕੁਲ ਜੀ, ਮੈਂ ਜਦੋਂ ਟਰੱਕ ਲਿਆ ਉਹ ਮੈਂ ਵਿਦਿਨ 7-8 ਮਹੀਨੇ 'ਚ ਟਰੱਕ ਦੀ ਜਿਹੜੀ ਪੇਮੈਂਟ 'ਚ ਪੂਰੀ ਕਰਤੀ ਸੀ, ਮੈਂ ਉਦੋਂ ਦਿਨ ਰਾਤ ਕਹਿ ਲਓ ਵੀ ਕੰਮ ਕੀਤਾ, ਅਤੇ ਬੜੇ ਮਨ ਨੂੰ ਵੀ ਲੱਗਿਆ ਵੀ ਹਾਂ ਯਾਰ ਮੈਂ ਕੁਛ ਹੁਣ ਕਮਾ ਲਿਆ ਹੈ ਨਾ, ਅਤੇ ਫਿਰ ਇੱਦਾਂ ਕੰਮ ਵੱਧਦਾ ਗਿਆ। ਜਦੋਂ ਕੋਈ ਵੀ ਬਿਜ਼ਨਸ ਆਪਾਂ ਕਰਦੇ ਹਾਂ ਮੁਨਾਫੇ ਵਾਲਾ ਹੋਵੇ, ਫਿਰ ਸੋਚਦੇ ਹਾਂ ਯਾਰ ਇਹਦੇ 'ਚ ਵਧਿਆ ਜਾਵੇ, ਫਿਰ ਇੱਕੋ ਹੀ ਟਰੱਕ 'ਤੇ ਸੀਮਤ ਰਹੇ ਜਾਂ ਹੋਰ ਵੀ ਪਾਏ? ਨਹੀਂ, ਹੋਰ ਵੀ ਪਾਏ ਜੀ ਫਿਰ। ਅੱਛਾ, ਹਾਂਜੀ ਹਾਂਜੀ। ਅਤੇ ਕਿੰਨੇ ਕਰ ਲਏ ਜੀ? ਮੇਰੇ ਕੋਲ 3 ਟਰੱਕ ਹੀ। ਅਤੇ ਦੂਜਿਆਂ 'ਤੇ 2 ਡਰਾਈਵਰ ਚੱਲਦੇ? ਹਾਂਜੀ ਹਾਂਜੀ। ਅੱਛਾ, ਮੈਨੂੰ ਇਹ ਦੱਸਿਓ ਹੁਣ ਤੁਸੀਂ ਖੁਦ ਵੀ ਚਲਾਉਂਦੇ ਹੋ, ਡਰਾਈਵਰ ਵੀ ਰੱਖੇ ਹੋਏ? ਹਾਂਜੀ ਹਾਂਜੀ। ਕੋਈ ਫਰਕ ਹੈ ਜੀ ਕਿ ਓਨੀ ਕਮਾਈ ਕਰਕੇ ਦੇ ਦਿੰਦੇ ਨੇ ਡਰਾਈਵਰ ਵੀ? ਨਹੀਂ, ਸਾਡੇ ਦੇ ਦਿੰਦੇ ਜੀ ਉੱਥੇ। ਅੱਛਾ ਜੀ। ਮੈਨੂੰ, ਮੈਂ ਖੁਸ਼ ਖੁਸ਼ ਤਾਂ ਸਮਝਦਾ, ਮੇਰੇ ਜਿਹੜੇ ਡਰਾਈਵਰ ਨੇ ਜੀ ਉਹ ਬੜੇ ਚੰਗੇ ਬੀਬੇ ਬੰਦੇ ਨੇ, ਮੇਰੇ ਮਿੱਤਰ ਹੀ ਨੇ ਮੇਰੇ ਯਾਰ। ਅੱਛਾ। ਅਤੇ ਹੁਣ ਮੈਂ ਇੱਥੇ ਹਾਂ ਕਨੇਡਾ ਗਾ, ਤਾਂ ਮੈਨੂੰ ਪਿੱਛੇ ਮੇਰਾ ਕੋਈ ਫਿਕਰ ਨਹੀਂ, ਮੈਨੂੰ ਫਾਕਾ ਨਹੀਂ, ਮੇਰੇ ਉਹ ਮੇਰੇ ਹਰ ਬਿਜ਼ਨਸ ਉੱਥੇ ਬੈਠੇ ਰਹਿਣਗੇ, ਅਤੇ ਮੈਨੂੰ ਪਲ ਪਲ ਦੀ ਰਿਪੋਰਟ ਕਰਦੇ ਆ, ਮੈਨੂੰ ਹਰ ਰੋਜ਼ ਰਨਸ਼ੀਟ ਭੇਜ ਦਿੰਦੇ ਨੇ ਭਾਅ ਜੀ ਇੰਨਾ ਕੰਮ ਕੀਤਾ, ਜਿੰਨਾ ਕੰਮ ਕੀਤਾ। ਅਤੇ ਮੈਂ ਡਰਾਈਵਰਾਂ ਪੱਖੋਂ ਬਹੁਤ ਖੁਸ਼ ਹਾਂ ਵੀ ਸਾਡੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਵਰਕਰ ਨੇ, ਸਾਡੇ ਆਪਣੇ ਡਰਾਈਵਰ ਨੇ ਜਾਂ ਹੋਰ ਵੀ ਨੇ,
ਹੁਣ ਬੰਦਾ ਕਰਨ ਕੁਛ ਜਾਂਦਾ ਹੈ, ਕਰ ਕੁਛ ਬੈਠਦਾ ਹੈ, ਕਦੇ ਸੋਚਦਾ ਹੀ ਨਹੀਂ ਕਿ ਮੈਂ ਮੈਲਬੋਰਨ ਰਹਿਣਾ, ਮੈਂ ਬ੍ਰਿਸਬੇਨ ਜਾਂ ਸਿਡਨੀ ਕਿੱਥੇ ਜਾਣਾ, ਜਾਂ ਮੈਂ ਵੈਨਕੂਵਰ ਆ ਕੇ ਠਹਿਰ ਜਾਣਾ। ਬੇਸਿਕਲ ਤਾਂ ਡੈਸਟੀਨੀ ਹੈ ਕਿ ਜਿੱਥੇ ਲੈ ਕੇ ਜਾਣਾ ਇਨਸਾਨ ਨੂੰ ਲੈ ਜਾਂਦਾ। ਹੁਣ ਬੰਦਾ ਪਤਾ ਨਹੀਂ ਕੀ ਪੜ੍ਹਦਾ ਹੈ, ਕੀ ਸਟੱਡੀ ਕਰ ਲਈ, ਕਿ ਇਹ ਟ੍ਰਾਈਐਂਗਲ ਜੇ ਬਣਦੇ ਚਲੇ ਜਾਂਦੇ ਨੇ। ਕਈ ਵਾਰੀ ਇਨਸਾਨ ਦੀ ਜ਼ਿੰਦਗੀ 'ਚ ਕੂਣੀ ਮੋੜ ਆਉਂਦੇ ਨੇ, ਉਹਨੂੰ ਪਤਾ ਨਹੀਂ ਲੱਗਦਾ ਅੱਗੇ ਕੀ ਹੋਊਗਾ, ਮੋੜ 'ਤੇ ਖੜ੍ਹੇ ਮੇਰੇ 'ਚ ਇੱਦਾਂ ਹੁੰਦਾ ਰਿਹਾ। ਇਹ ਹੁੰਦਾ ਰਿਹਾ ਕਦੋਂ ਮੈਂ ਟਰੱਕ ਡਰਾਈਵਰ ਬਣਿਆ ਜੀ ਪਹਿਲਾਂ, ਹੈ ਨਾ, ਥੋੜ੍ਹਾ ਟਾਈਮ ਮੈਂ ਕਿਤੇ ਚਲਾਇਆ ਸੀ, ਦੋ ਤਿੰਨ ਮਹੀਨੇ ਫਿਰ ਮੈਂ ਆਪਣਾ ਲਿਆ ਸੀਗਾ। ਮੈਂ ਬੈਨੀਪਾਲ ਸਾਹਿਬ ਤੁਸੀਂ ਯਕੀਨ ਮੰਨਿਓ, ਮੈਂ 3 ਸਾਲ ਮੈਂ ਆਪਣੇ ਆਪ ਨੂੰ ਟਰੱਕ ਡਰਾਈਵਰ ਮੰਨਿਆ ਹੀ ਨਹੀਂ। ਅੱਛਾ, ਮੈਨੂੰ ਇਹ ਲੱਗੀ ਗਿਆ ਵੀ ਮੈਂ ਯਾਰ ਮੈਂ ਪੜ੍ਹਨ ਆਇਆ ਸੀ, ਮੈਂ ਪੜ੍ਹਿਆ ਕੁਛ ਹੋਰ, ਮੈਂ ਕਰੀ ਕੁਛ ਹੋਰ ਜਾਂਦਾ, ਵੀ ਮੇਰੇ ਲਈ ਇਹ ਜੋਬ, ਮੇਰੀ ਜੋਬ ਨਹੀਂ ਹੈਗੀ ਇਹ ਜਿਹੜਾ ਮੈਂ ਕਰ ਰਿਹਾ। ਮੈਂ 3 ਸਾਲਾਂ ਬਾਅਦ ਫਿਰ ਮੈਂ ਆਪਣੇ ਆਪ ਨੂੰ ਮੰਨ ਹੀ ਲਿਆ ਨਾ ਯਾਰ ਮੈਂ ਹੁਣ ਟਰੱਕ ਡਰਾਈਵਰ ਹੀ ਹਾਂ। ਅੱਛਾ, 3 ਸਾਲ ਲੱਗੇ ਮੈਨੂੰ ਇਹ ਚੀਜ਼ ਨੂੰ ਸਮਝਣ ਦੇ ਲਈ, ਪਰ ਜੇ ਮੈਂ ਹੋਰ ਪਾਸੇ ਜਾਂਦਾ ਸੀ, ਸੋਚਦਾ ਸੀ ਤਾਂ ਡਾਲਰ ਕੰਪੇਅਰ ਕਰਦੇ ਸੀ, ਉਨੇ ਡਾਲਰ ਹੋਰ ਜੋਬ ਦੇ ਵਿੱਚ ਨਹੀਂ ਹੈਗੇ ਸੀਗੇ ਜਿੰਨੇ ਮੈਨੂੰ ਇੱਧਰ ਬਣਦੇ ਸੀ, ਹੈ ਨਾ। ਅਤੇ ਫਿਰ ਮੈਂ ਮੰਨ ਲਿਆ, ਮੈਂ ਵੀ ਹੁਣ ਮੈਂ ਟਰੱਕ ਡਰਾਈਵਰ ਹੀ ਹਾਂ, ਵੀ ਮੈਂ ਹੁਣ ਇਹੀ ਰਹਿਣਾ ਗਾ ਅਤੇ ਨਾਲ ਨਾਲ ਹੋਰ ਭਾਵਾਂ ਕੁਛ ਕਰ ਲਾਂ। ਅੱਛਾ, ਜਦੋਂ ਜਿਵੇਂ ਤੁਸੀਂ ਪਹਿਲਾਂ ਗੱਲ ਕਰਦਿਆਂ ਕਰਦਿਆਂ ਕੀਤੀ ਹੈ ਕਿ ਘੱਟੋ ਘੱਟ ਧੀ ਨੂੰ ਜਾਂ ਪੁੱਤ ਨੂੰ ਵੀ ਜੇਕਰ ਵਿਆਹ ਕਰਕੇ ਭੇਜੀਏ ਤਾਂ ਚੰਗਾ, ਬਿਲਕੁਲ ਉਹਨਾਂ ਦਿਨਾਂ ਦੇ ਵਿੱਚ ਫਿਰ ਇਕੱਲੇ ਹੋਣੇ, ਇਕੱਲੇ ਕਹਿ ਰਹੀ ਹੋਵੋਗੇ? ਹਾਂ ਬਿਲਕੁਲ ਜੀ, ਅਤੇ ਮੈਂ ਜਦੋਂ ਗਿਆ ਮੈਂ ਇਕੱਲਾ ਸੀ, ਮੈਂ ਆਪ ਵੀ ਖੁਦ ਪੜ੍ਹਿਆ, ਖੁਦ ਹੀ ਮੈਂ ਕੰਮ ਕੀਤਾ, ਉਹ ਮੇਰੇ ਲਈ ਔਖਾ ਟਾਈਮ ਸੀਗਾ। ਮੈਂ ਦਿਨ ਯੂਨੀਵਰਸਿਟੀ 'ਚ ਪੜ੍ਹਨ ਜਾਂਦਾ ਸੀ ਅਤੇ ਰਾਤ ਨੂੰ ਟੈਕਸੀ ਚਲਾਉਂਦਾ ਸੀਗਾ, ਕਈ ਵਾਰ ਤਾਂ ਸੌਣ ਦਾ ਟਾਈਮ ਨਹੀਂ ਹੁੰਦਾ ਬੈਨੀਪਾਲ ਸਾਹਿਬ, ਸਵੇਰੇ ਮੈਟਰੋ 'ਚ ਜਾਣਾ ਟੂਲੇ ਆਉਂਦੇ ਸੀ ਉਦੋਂ ਜਾਂਦਿਆਂ ਨੂੰ, ਕਿਉਂਕਿ ਰਾਤੀ ਗੱਡੀ ਚਲਾਈ ਹੁੰਦੀ ਸੀਗੀ ਟੈਕਸੀ, ਅਤੇ ਸਵੇਰੇ ਕਲਾਸ ਲਾਉਣ ਜਾਣਾ, ਅਤੇ ਉਹ ਮੇਰੇ ਜਿਹੜੇ ਸਾਲ ਨੇ 2-3 ਸਾਲ ਉਹ ਨਹੀਂ ਭੁੱਲਦੇ ਜੀ। ਅਤੇ ਫਿਰ ਵਿਆਹ ਪੰਜਾਬ ਜਾ ਕੇ ਕੀਤਾ ਜਾਂ ਫਿਰ ਘਰਦਿਆਂ ਨੂੰ ਕਿਹਾ ਵੀ ਨੂੰਹ ਤੁਹਾਡੀ ਲੱਭ ਲਈ? ਹਾਂ, ਐਕਚੁਲੀ ਗੱਲ ਇਹ ਹੋਈ, ਜਦੋਂ ਮੈਂ ਪੜ੍ਹਦਾ ਸੀ ਮੇਰੀ ਪੜ੍ਹਾਈ ਬਿਲਕੁਲ ਫਿਨਿਸ਼ ਹੋਣ ਵਾਲੀ ਸੀ, ਮੇਰੇ ਪਾਪਾ ਗਏ ਉੱਥੇ ਆਸਟ੍ਰੇਲੀਆ। ਹਾਂਜੀ, ਮੈਨੂੰ ਵਿਜ਼ਿਟ ਕਰਨ ਗਏ, ਅਤੇ ਅਸੀਂ ਮੁੰਡੇ ਰਹਿੰਦੇ ਸੀ, 3 ਮੁੰਡੇ ਇਕੱਠੇ ਹੋ ਗਏ ਉਦੋਂ, ਇੱਕ ਘਰ ਦੇ ਵਿੱਚ ਵੱਡਾ ਘਰ ਸੀਗਾ, 4 ਬੈਡਰੂਮ, ਅਤੇ ਉਹਨਾਂ ਨੇ ਦੇਖਿਆ ਵੀ ਮੁੰਡਾ ਯਾਰ ਆਪ ਹੱਥ ਸਾੜਦਾ, ਵੱਲੋਂ ਦਾ ਕੱਪੜੇ ਆਪਦੇ ਆਪ ਧੋਂਦਾ, ਵੀ ਕਿਉਂ ਨਾ ਵੀ ਤਾਂ ਹੁਣ ਵਿਆਹ ਕਰੀਏ, ਅਤੇ ਉਹ ਉੱਥੋਂ ਮੁੜ ਕੇ ਆਈ ਨੇ ਅਤੇ ਨਾਲ ਹੀ ਫੋਨ ਜਾਣ ਲੱਗ ਗਈ, ਬੇਟਾ ਆ ਜਾ ਹੁਣ ਤੇਰਾ ਵਿਆਹ ਕਰਨਾ। ਅੱਛਾ, ਅਤੇ ਫਿਰ ਮੈਂ ਉੱਥੇ ਵਕੀਲਾਂ ਨਾਲ ਸਲਾਹ ਕੀਤੀ, ਮੈਂ ਵੀ ਪੜ੍ਹਾਈ ਵੀ ਖਤਮ ਹੋ ਗਈ ਆ, ਪੇਅਰ ਪਾਉਣ ਲੱਗਾ, ਕਿਵੇਂ ਕਰਾਂ, ਮੈਂ ਜਾਵਾਂ ਜਾਂ ਠਹਿਰਾਂ? ਉਹ ਕਹਿੰਦੇ ਵੀ ਤਾਂ ਜਾਣਾ ਪਿਆ ਤਾਂ ਹੁਣੇ ਜਾ, ਅੱਛਾ, ਵੀ ਵਿਦਿਨ 1-2 ਮੰਥ ਵੀ ਮੁੜ ਕੇ ਆ ਜਾਈ, ਵੀ ਜੇ ਪਾਰਟਨਰ ਤੇਰੇ ਜਦੋਂ ਵਾਪਸ ਆ ਗਈ ਨਾਲ, ਵੀ ਤੁਹਾਡੀ ਇਕੱਠਿਆਂ ਦੀ ਫਾਈਲ ਅਸੀਂ ਪੀਆਰ ਦੀ ਲਾਵਾਂਗੇ, ਇਕੱਠੇ ਪੀਅਰ ਹੋ ਜਾਵਾਂਗੇ। ਇੰਝ ਹੋਇਆ? ਇੰਝ ਹੀ ਹੋਇਆ ਜੀ, ਜਿੱਦਾਂ ਸੋਚੇ ਸੀ ਇੰਝ ਹੀ ਹੋਇਆ, ਪਰ ਮੈਨੂੰ ਬਾਅਦ 'ਚ ਕਈਆਂ ਨੇ ਕਾਪੀ ਕੀਤਾ। ਅੱਛਾ, ਪਰ ਉਹਨਾਂ ਦਾ ਉਦਾਂ ਨਹੀਂ ਹੋਇਆ। ਅੱਛਾ, ਉਹ ਸਫਲ ਨਾ ਹੋ ਸਕਿਆ? ਉਹ ਸਫਲ ਨਾ ਹੋ ਜਾ, ਜਾਂ ਤਾਂ ਉਦੋਂ ਥੋੜ੍ਹਾ ਰੂਲ ਚੇਂਜ ਹੋ ਗਏ, ਪਰ ਮੇਰਾ ਬਾਬੇ ਦੀ ਕਿਰਪਾ ਨਾਲ ਉਹ ਉੱਦਾਂ ਜਿੱਦਾਂ ਸੋਚਿਆ ਸੀ ਉੱਦਾਂ ਹੀ ਹੋ ਗਿਆ। ਹੁਣ ਰੋਟੀ ਵਧੀਆ ਪੱਕਦੀ ਹੈ ਜੀ? ਬਿਲਕੁਲ ਜੀ, ਹੁਣ ਕਰਦਾ ਖੁਸ਼ ਹਾਂ। ਹਾਂ ਬਿਲਕੁਲ, ਕਿਉਂਕਿ ਕਈ ਵਾਰੀ ਇਨਸਾਨ ਸੋਚਦਾ ਕਿ ਆਹ ਹੋਊ ਆਹ ਹੋ ਜੇ, ਲਾਈਫ ਪਾਰਟਨਰ ਕੋਈ ਕੰਮ ਦਾ ਮਿਲ ਜਾਏ, ਤੁਹਾਡੀ ਬੈਕਬੋਨ ਹੁੰਦੀ ਹੈ ਬੇਸਿਕਲੀ, ਤੁਹਾਡੇ ਘਰ ਨੂੰ ਵੀ ਇਕੱਠਾ ਰੱਖਣਾ, ਕਮਾਈ ਨੂੰ ਵੀ ਬਰਕਤ ਪਾਉਣੀ, ਤੇ ਕਈ ਵਾਰੀ ਇਸ ਗੱਲੋਂ ਮੈਂ ਆਪਣੇ ਆਪ ਨੂੰ ਲੱਕੀ ਸਮਝਦਾ ਜੀ। ਮੇਰਾ ਜਿਹੜਾ ਲਾਈਫ ਪਾਰਟਨਰ ਆ ਮਨਦੀਪ ਕੌਰ ਜੀ, ਬਹੁਤ ਚੰਗੀ ਕੁੜੀ ਮੈਨੂੰ ਮਿਲੀ ਹੈਗੀ, ਤੇ ਮੈਨੂੰ ਉਹਨਾਂ ਦੀ ਹੌਸਲਾ ਅਫਜਾਈ, ਤੇ ਮੇਰੇ ਹਰੇਕ ਕੰਮ ਦੇ ਵਿੱਚ ਮੋਢੇ ਨਾਲ ਮੋਢਾ ਲਾ ਖੜਦੇ ਨੇ, ਤੇ ਇੱਥੇ ਵੀ ਉਹਨਾਂ ਨੇ ਮੈਨੂੰ ਧੱਕੇ ਨਾਲ ਭੇਜਿਆ, ਕਹਿੰਦੇ ਤੁਸੀਂ ਹੁਣ ਜਾ ਕੇ ਆਓ। ਮੈਂ ਪਿਛਲੇ 2-3 ਸਾਲ ਤੋਂ ਇੱਥੇ ਆਉਣ ਦਾ ਪਲਾਨ ਕਰ ਰਿਹਾ ਸੀ, ਦੁਨੀਆ ਐਕਸਪਲੋਰ ਕਰੋ। ਵੀ ਜੀ ਬਿਲਕੁਲ, ਤੇ ਉਹਨਾਂ ਨੇ ਕਿਹਾ ਵੀ ਨਹੀਂ ਤੁਸੀਂ ਹੁਣ ਜਾਈ ਜਾਓ, ਤੁਸੀਂ ਜਿਹੜਾ ਮਨ ਹੈਗਾ ਜਾਣ ਦਾ, ਵਧੀਆ ਗੱਲ, ਤੁਸੀਂ ਜਾਓ। ਅੱਛਾ, ਹੁਣ ਬਹੁਤ ਸਾਰੇ ਲੋਕ ਨੇ ਜਿਹੜੇ ਆਸਟ੍ਰੇਲੀਆ ਦੀ ਜ਼ਿੰਦਗੀ ਬਾਰੇ ਜਾਣਨਾ ਚਾਹੁੰਦੇ ਹੋਣਗੇ। ਹਾਂਜੀ, ਆਮ ਇਨਸਾਨ ਦੀ ਜ਼ਿੰਦਗੀ ਜਿਹੜਾ ਉੱਥੋਂ ਮਾਈਗ੍ਰੇਟ ਹੋ ਕੇ ਚਲਾ ਗਿਆ, ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚੋਂ ਆਸਟ੍ਰੇਲੀਆ ਦੇ ਵਿੱਚ ਗਿਆ, ਖਾਸ ਕਰਕੇ ਜੇਕਰ ਕੋਈ ਪੰਜਾਬ ਤੋਂ ਆਉਂਦਾ, ਕਿੰਨੀ ਔਖੀ ਜ਼ਿੰਦਗੀ ਹੈ? ਜ਼ਿੰਦਗੀ ਉੱਥੇ ਬੜੀ ਸੌਖੀ ਹੈ ਜੀ, ਪਰ ਤੁਹਾਨੂੰ ਸਿਸਟਮ ਦੀ ਸਮਝ ਆਉਣੀ ਚਾਹੀਦੀ ਹੈ। ਤੁਸੀਂ ਸਿਸਟਮ ਦੇ ਵਿੱਚ ਇੱਕ ਵਾਰ ਫਿੱਟ ਬਹਿ ਗਏ ਤਾਂ ਬਹੁਤ ਸੌਖਾ ਹੈਗਾ ਉੱਥੇ। ਜਿਹੜੀ ਉੱਥੇ ਬੈਨੀਪਾਲ ਸਾਹਿਬ ਆਪਣਾ ਪੇ ਰੇਟ ਹੈਗਾ ਨਾ, ਅੱਛਾ ਜੀ, ਬਹੁਤ ਬਹੁਤ ਚੰਗਾ। ਅੱਛਾ, ਇਹ ਸਾਡਾ ਪਲੱਸ ਪੁਆਇੰਟ ਆ ਸਾਡਾ ਆਸਟ੍ਰੇਲੀਆ ਦਾ, ਵੀ ਉੱਥੇ ਜੇ ਤੁਸੀਂ ਪਰਿਵਾਰ ਦੇ ਵਿੱਚ ਤੁਹਾਡਾ 1 ਜੀਬੀ ਕੰਮ ਕਰਦਾ ਤਾਂ ਤੁਸੀਂ ਪੂਰਾ ਪਰਿਵਾਰ ਪਾਲ ਸਕਦੇ ਹੋ। ਅੱਛਾ ਜੀ, ਮੈਂ ਸ਼ੁਰੂ ਤੋਂ, ਮੇਰੀ ਜਿਹੜਾ ਲਾਈਫ ਪਾਰਟਨਰ ਨੇ ਜੋ ਹਾਲੇ ਕੰਮ ਨਹੀਂ ਕਰਦੇ ਹੈਗੇ, ਅੱਛਾ ਜੀ, ਹਾਂ, ਮੇਰੇ ਸਵੇਰ ਨੂੰ 9 ਸਾਲ ਹੋ ਗਏ ਨੇ, ਮੈਂ ਖੁਦ ਕੰਮ ਕਰਦਾ, ਪਰ ਮੇਰਾ ਚੰਗਾ ਗੁਜ਼ਾਰਾ ਹੋ ਰਿਹਾ। ਠੀਕ ਹੈ, ਅਤੇ ਇਹ ਸਾਨੂੰ ਪਲੱਸ ਪੁਆਇੰਟ ਸਾਡਾ, ਸਾਡੀ ਕਮਾਈ ਉੱਥੇ ਕੰਪੇਅਰ ਟੂ ਕੈਨੇਡਾ ਬੰਦੇ ਦੀ ਜ਼ਿਆਦਾ ਗੀ, ਅਤੇ ਬਾਕੀ ਜਿਹੜੀਆਂ ਜੋਬਾਂ ਨੇ ਉੱਥੇ ਸਾਰੀਆਂ ਜੀ, ਉਹ ਸਾਰਿਆਂ ਦਾ ਪੇ ਰੇਟ 1 ਹੋਣ ਕਰਕੇ ਕੋਈ ਕਮਾਈ ਦੇ ਵਿੱਚ ਬਹੁਤਾ ਫਰਕ ਨਹੀਂ ਹੈਗਾ। ਅੱਛਾ, ਜਿਹੜੀ ਮਰਜ਼ੀ ਜੋਬ ਕਰ ਲਓ, ਤੁਹਾਡਾ 12-1300 ਡਾਲਰ ਉੱਥੇ ਕੀ ਬਣਦਾ, 100-200 ਦਾ ਅੰਤਰ ਇੱਧਰ ਉੱਧਰ ਹੋ ਜਾਂਦਾ, ਹੈ ਨਾ, ਬਾਕੀ ਸਾਰੇ ਦੇ ਜਿਹੜੇ ਪੈਸੇ ਨੇ ਉਹ ਸੇਮ ਹੀ ਬਣਦੇ ਜੀ। ਪਰ ਅਕੋਰਡਿੰਗ ਟੂ ਤੁਹਾਡੀ ਮਿਨੀਮਮ ਵੇਜ ਦੇ ਕਹਿੰਦੇ ਮਹਿੰਗਾਈ ਵੀ ਕਾਫੀ ਹੈ ਜੀ? ਮਹਿੰਗਾਈ ਹੈਗੀ ਹੈ ਜੀ, ਅਤੇ ਘਰ ਨੇ ਜਿਹੜੇ ਹੁਣ 7 ਲੱਖ ਦੇ ਕਰੀਬ ਪਹੁੰਚੇ ਪਏ ਨੇ, 5-7 ਲੱਖ ਦੇ ਕਰੀਬ ਘਰ ਮਿਲਦੇ ਜੀ ਉੱਥੇ, ਜਿਹੜਾ ਕਿ ਪਿਛਲੇ 2 ਸਾਲ ਤੋਂ ਜ਼ਿਆਦਾ ਮਹਿੰਗਾ ਹੋਇਆ, ਪਹਿਲਾਂ ਠੀਕ ਸੀਗਾ, ਪਰ ਫਿਰ ਵੀ ਗਰੋਸਰੀ ਵੀ ਠੀਕ ਹੈ ਜੀ, ਪਰ
ਤੇ ਉਹ ਜ਼ਿਆਦਾ ਪ੍ਰੈਫਰ ਕਰਦੇ ਉਹ 2-4 ਜਾਣੇ ਇਕੱਠੇ ਹੋ ਕੇ ਰੈਂਟ ਕਰ ਲੈਂਦੇ ਨੇ ਇਹ ਸਟੂਡੈਂਟ ਜਿਹੜੇ ਸਿੰਗਲ ਨੇ ਉਹ ਕਰ ਲੈਂਦੇ ਨੇ ਜਿਹੜੇ ਫੈਮਿਲੀ ਵਾਲੇ ਨੇ ਉਹ ਜ਼ਿਆਦਾਤਰ ਸਿੰਗਲ ਹੀ ਰਹਿੰਦੇ ਨੇ ਜਾਂ ਵੱਧ ਤੋਂ ਵੱਧ 2 ਫੈਮਿਲੀਆਂ ਜੀ ਉਸ ਤੋਂ ਵੱਧ ਨਹੀਂ ਦੋਸਤੋ ਇਸ ਵਕਤ ਠੁੱਲੀਵਾਲ ਸਾਹਿਬ ਆਸਟ੍ਰੇਲੀਆ ਤੋਂ ਆਏ ਹੋਏ ਨੇ ਉਚੇਚੇ ਤੌਰ 'ਤੇ ਮੀਡੀਆ ਕਰਮੀ ਵੀ ਨੇ ਮੀਡੀਆ ਦੇ ਨਾਲ ਜੁੜੇ ਹੋਏ ਨੇ ਆਸਟ੍ਰੇਲੀਆ ਦੀ ਜ਼ਿੰਦਗੀ ਦੇ ਮੁਤਾਲਕ ਕੁਝ ਹਕੀਕਤਾਂ ਅਤੇ ਕੁਝ ਤਲਖ ਹਕੀਕਤਾਂ ਬਿਆਨ ਕਰ ਰਹੇ ਹੈ ਸਮਾਂ ਬ੍ਰੇਕ ਦਾ ਆਓ ਦੋਸਤੋ ਇੱਕ ਵਾਰੀ ਫਿਰ ਤੁਹਾਡਾ ਸਵਾਗਤ ਕਰੀਏ ਠੁੱਲੀਵਾਲ ਸਾਹਿਬ ਜਿਸ ਤਰ੍ਹਾਂ ਤੁਸੀਂ ਜ਼ਿੰਦਗੀ ਦੇ ਬਾਬਤ ਦੱਸਦੇ ਹੋ ਹੁਣ ਆਪਾਂ ਥੋੜ੍ਹੀ ਮੀਡੀਆ ਦੀ ਗੱਲ ਕਰੀਏ ਕਿਉਂਕਿ ਤੁਸੀਂ ਉੱਥੇ ਮੀਡੀਆ ਨਾਲ ਜੁੜੇ ਹੋਏ ਹੋ ਕਿਹੜੇ ਸਾਲ ਦੇ ਵਿੱਚ ਅਤੇ ਕਿਹੜੇ ਮੀਡੀਆ ਆਊਟਲੈਟ ਨਾਲ ਜੁੜਨ ਦਾ ਮੌਕਾ ਮਿਲਿਆ ਮੈਂ ਤਕਰੀਬਨ 5-6 ਸਾਲ ਪਹਿਲਾਂ ਜੀ ਰੇਡੀਓ ਸਾਡਾ ਉੱਥੇ ਕੌਮੀ ਬਾਅਦ ਚੱਲਦਾ ਗਾ ਜੀ ਉਹਨਾਂ ਨਾਲ ਮੈਂ ਲਿੰਕ ਦੇ ਵਿੱਚ ਆਇਆ ਸੀ ਉਹਨਾਂ ਨਾਲ ਕੰਮ ਕਰਦਾ ਜੀ ਮੈਂ ਪਿਛਲੇ ਸਮੇਂ ਦੌਰਾਨ ਮੈਂ ਲਗਾਤਾਰ ਸ਼ੋਅ ਕਰਦਾ ਰਿਹਾ ਅੱਛਾ ਜੀ ਪਰ ਹੁਣ ਕੰਮਾਂ ਕਰਾ ਕਰਕੇ ਥੋੜ੍ਹਾ ਜਿਹਾ ਗੈਪ ਪਿਆ ਹੋਇਆ ਦੁਬਾਰਾ ਜਾ ਕੇ ਫਿਰ ਕੰਟੀਨਿਊ ਕਰਨ ਦੀ ਕੋਸ਼ਿਸ਼ ਕਰੂੰਗਾ ਮੀਡੀਆ ਜੀ ਉੱਥੇ ਇਸ ਟਾਈਮ ਆਸਟ੍ਰੇਲੀਆ ਦੇ ਵਿੱਚ ਆਪਣੇ ਪੈਰ ਵਿਸਾਰਨ ਲੱਗੇ ਹੀ ਆ ਹਾਲੇ ਅੱਛਾ ਅਤੇ ਕਿਉਂਕਿ ਸਾਡੀ ਉੱਥੇ ਜਿਹੜੀ ਪਾਪੂਲੇਸ਼ਨ ਆ ਪੰਜਾਬੀਆਂ ਦੀ ਉਹ ਹਾਲੇ ਓਡਾ ਵੱਡਾ ਨੰਬਰ ਨਹੀਂ ਹੋਇਆ ਜੀ ਕੰਪੇਅਰ ਟੂ ਕਨੇਡਾ ਹਾਲੇ ਉੱਥੇ ਗਿਣਤੀ ਦੇ ਰੇਡੀਓ ਨੇਗੇ ਟੀ ਵੀ ਚੈਨਲ ਵੀ ਹਜੇ ਖੁੱਲ੍ਹ ਰਹੇ ਨੇਗੇ ਇੱਕ ਦੋ ਅਤੇ ਪਰ ਅੱਜ ਮੈਂ ਜਾ ਕੇ ਦੇਖਿਆ ਕਈ ਰੇਡੀਓ ਦਫ਼ਤਰਾਂ ਦੇ ਵਿੱਚ ਇੱਥੇ ਅਤੇ ਉਹਨਾਂ ਦੇ ਕੰਪੇਅਰ ਅਸੀਂ ਹਜੇ ਬਹੁਤ ਛੋਟੇ ਹਾਂ ਜੀ 25-30 ਸਾਲ ਪਿੱਛੇ ਫਿਰਦੇ ਹੋ ਮੇਰੇ ਖਿਆਲ ਦੇ ਵਿੱਚ ਮੀਡੀਆ ਦੇ ਹਾਂ ਬਿਲਕੁਲ ਕਹਿ ਸਕਦੇ ਹਾਂ ਜੀ ਪਰ ਨਾਲ ਨਾਲ ਬੈਨੀਪਾਲ ਸਾਹਿਬ ਨੂੰ ਦੱਸਣਾ ਚਾਹੁੰਦਾ ਵੀ ਜਿਹੜਾ ਕੰਮ ਆਸਟ੍ਰੇਲੀਆ ਦੇ ਵਿੱਚ ਮਾਫ ਕਰਨਾ ਕੈਨੇਡਾ ਦੇ ਵਿੱਚ ਜੀ ਜੀ 100 ਸਾਲ 'ਚ ਹੋਇਆਗਾ ਉਹ ਮੈਨੂੰ ਲੱਗਦਾ ਵੀ ਉੱਥੇ 20-25 ਸਾਲ 'ਚ ਹੋ ਜਾਣਾਗਾ ਕਿਉਂਕਿ ਇੱਕ ਤਾਂ ਉਹਦਾ ਕਾਰਨ ਇਹ ਆ ਵੀ ਜਿਹੜਾ ਯੂਥ ਉੱਥੇ ਪੜ੍ਹਿਆ ਲਿਖਿਆ ਪਹੁੰਚੇਗਾ ਪੜ੍ਹਨ ਤੋਂ ਬਾਅਦ ਉਹਨੂੰ ਉੱਥੇ ਦੀ ਸਿਸਟਮ ਦੀ ਸਮਝ ਲੱਗ ਗਈ ਹੈਗੀ ਜੀ ਅਤੇ ਹੁਣ ਬਸ ਕਹਿ ਲਓ ਵੀ ਕੰਮ ਤਿਆਰ ਆ ਸਾਰਾ ਵੀ ਆਉਣ ਵਾਲੇ ਟਾਈਮ ਲੋਹਾ ਗਰਮ ਹੈ ਸਾਡੀ ਲੋਹਾ ਗਰਮ ਆ ਜੀ ਅਤੇ ਆਉਣ ਵਾਲੇ 15 ਸਾਲਾਂ ਵਿੱਚ ਕਹਿ ਲਓ ਵੀ ਆਪਣੇ ਜਿਹੜੇ ਲੋਕ ਨੇ ਮੂਹਰੇ ਹੋਣਗੇ ਉਹ ਹਰ ਇੱਕ ਫੀਲਡ ਦੇ ਵਿੱਚ ਅਤੇ ਹੁਣ ਜਿਹੜੇ ਲੋਕ ਅੱਜ ਤੋਂ 10 ਸਾਲ ਪਹਿਲਾਂ ਮੇਰੇ ਵਾਂਗੂ 12 ਸਾਲ ਪਹਿਲਾਂ ਆਏ ਸੀ ਉਹ ਹੁਣ ਆਪਣੀ ਜ਼ਿੰਦਗੀ ਦੇ ਸੈੱਟ ਹੋ ਗਏ ਨੇ ਘਰ ਬਾਰ ਲੈ ਰਹੇ ਨੇ ਅਤੇ ਬੱਚੇ ਸਕੂਲ ਜਾਂਦੇ ਨੇਗੇ ਅਤੇ ਹੁਣ ਅੱਗੇ ਉਹਨਾਂ ਦਾ ਜਿਹੜਾ ਟਾਈਮ ਆ ਉਹ ਕਮਿਊਨਿਟੀ ਦੇ ਵਿੱਚ ਕੰਮ ਕਰਨ ਦਾ ਜਾਂ ਫਿਰ ਪੇਬੈਕ ਕਰਨ ਦਾ ਕਮਿਊਨਿਟੀ ਪੇਬੈਕ ਦਾ ਜਾਂ ਫਿਰ ਇਲੈਕਸ਼ਨ ਦੇ ਵਿੱਚ ਹੁਣ ਥੋੜ੍ਹਾ ਇੰਟਰਸਟ ਸ਼ੁਰੂ ਹੋ ਗਿਆ ਲੋਕਾਂ ਦਾ ਪਿਛਲੇ ਸਾਡੇ ਮੈਲਬਨ ਦੇ ਵਿੱਚ ਕਾਫੀ ਲੋਕ ਨੇ ਜਿਹੜੇ ਆਪਣੀਆਂ ਛੋਟੀਆਂ ਚੋਣਾਂ ਹੁੰਦੀਆਂ ਨੇਗੀਆਂ ਮਿਊਂਸੀਪਲ ਦੀਆਂ ਉਹਦੇ ਵਿੱਚ ਭਾਗ ਲਿਆ ਸੀਗਾ ਪਰ ਕਾਮਯਾਬੀ ਤਾਂ ਹਾਲੇ ਨਹੀਂ ਮਿਲੀ ਪਰ ਉਹ ਟਾਈਮ ਦੂਰ ਨਹੀਂ ਜਦੋਂ ਕਾਮਯਾਬੀ ਸਾਨੂੰ ਮਿਲੇਗੀ ਉੱਥੇ ਜ਼ਰੂਰ ਮਿਲੇਗੀ ਅੱਛਾ ਹੁਣ ਦੱਸਿਓ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਮੀਡੀਆ ਆਊਟਲੈਟ ਨਾਲ ਜੁੜ ਗਏ ਰੇਡੀਓ ਸਟੇਸ਼ਨ ਨਾਲ ਜੁੜ ਗਏ ਜੀ ਉਸ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਆ ਜੀ ਪ੍ਰੋਗਰਾਮ ਸਾਰੇ ਇੱਦਾਂ ਦੇ ਹੀ ਹੁੰਦੇ ਜਿੱਥੇ ਆਪਣਾ ਕੈਨੇਡਾ ਦੇ ਨੇ ਜੀ ਟੋਕ ਬੈਕ ਸ਼ੋਅ ਹੁੰਦਾ ਗਾ ਇੰਟਰਵਿਊਜ਼ ਹੁੰਦੀਆਂ ਨੇਗੀਆਂ ਅਤੇ ਹਸਰ ਹੱਠਾ ਵੀ ਹੁੰਦਾ ਗੀਤ ਸੰਗੀਤ ਵੀ ਹੁੰਦਾ ਗਾ ਸਾਰੇ ਤਰ੍ਹਾਂ ਦੇ ਪ੍ਰੋਗਰਾਮ ਅਸੀਂ ਲੈ ਕੇ ਆਉਂਦੇ ਹਾਂਗੇ ਅਤੇ ਲੋਕਾਂ ਦਾ ਚੰਗਾ ਰਿਸਪੋਂਸ ਵੀ ਹੈਗਾ ਅਤੇ ਸਾਡੇ ਨਾਲ ਜਿਹੜੇ ਸ਼ਰੋਤੇ ਨੇ ਉਹ ਵਰਲਡ ਵਾਈਡ ਜੁੜੇ ਹੋਏ ਨੇ ਕਿਉਂਕਿ ਸਾਡਾ ਰੇਡੀਓ ਜਿਹੜਾ ਉਹ ਇੰਟਰਨੈਟ ਬੇਸਡ ਰੇਡੀਓ ਹੈਗਾ ਅੱਛਾ ਜੀ ਅਤੇ FM 'ਤੇ ਵੀ ਅਸੀਂ ਆਉਂਦੇ ਹਾਂਗੇ ਪਰ ਉਹ ਇੱਕ ਦਿਨ ਲਈ ਆਉਂਦੇ ਹਾਂ ਅੱਛਾ ਜਦੋਂ ਅਸੀਂ ਰੇਡੀਓ ਇਹ ਸ਼ੁਰੂ ਕੀਤਾ ਸੀ ਉਦੋਂ ਇਹ ਲੱਗਿਆ ਸੀਗਾ ਵੀ ਜਿਹੜਾ ਇੰਟਰਨੈਟ ਦਾ ਜ਼ਮਾਨਾ ਆ ਰਿਹਾ ਹੈਗਾ ਬਹੁਤ ਵੱਡਾ ਬੂਮ ਆਊਗਾ ਬਿਲਕੁਲ ਪਰ ਉਹ ਓਨਾ ਹਾਲੇ ਨਹੀਂ ਹੋਇਆ ਪਰ ਆਸ ਕਰਦੇ ਵੀ ਆਉਣ ਟਾਈਮ 'ਚ ਹੋ ਜਾਏਗਾ ਉਦਾਂ ਸੋ ਤੁਸੀਂ ਕਿਸ ਤਰ੍ਹਾਂ ਦੇ ਫਿਰ ਸ਼ੋਅ ਕਰਦੇ ਜੀ ਮੈਂ ਜ਼ਿਆਦਾਤਰ ਜੀ ਜਿਹੜਾ ਸਾਡਾ ਰੇਡੀਓ ਹੈਗਾ ਕੌਮੀ ਬਾਜੋ ਤਾਂ ਮੈਂ ਜਿਹੜੇ ਕਲਚਰ ਪ੍ਰੋਗਰਾਮ ਨੇ ਉਹ ਮੈਂ ਦੇਖਦਾਗਾ ਅੱਛਾ ਜੀ ਅਤੇ ਕੋਈ ਕਿਸੇ ਸਿੰਗਰ ਦੀ ਇੰਟਰਵਿਊ ਕਰਨੀ ਹੈ ਜਾਂ ਸਿੰਗਰ ਆਉਂਦੇ ਰਹਿੰਦੇ ਨੇ ਪੰਜਾਬ ਤੋਂ ਉਹਨਾਂ ਦੀ ਜਿਹੜੀ ਕਾਨਫਰੰਸ ਹੁੰਦੀ ਮੀਡੀਆ ਕਾਨਫਰੰਸ ਉਹ ਅਟੈਂਡ ਉਹਨਾਂ ਨੂੰ ਅਟੈਂਡ ਕਰਦਾ ਮੈਂ ਅਤੇ ਬਾਕੀ ਜਿਹੜੀਆਂ ਇੰਟਰਵਿਊ ਹੁੰਦੀਆਂ ਉਹਨਾਂ ਦਾ ਕਰਦਾ ਜੀ ਬਹੁਤ ਸਾਰੇ ਲੋਕ ਨੇ ਉਹ ਪੰਜਾਬ ਦੇ ਨਾਲ ਜੁੜੇ ਹੋਏ ਨੇ ਭਾਵੇਂ ਅਸੀਂ ਆਸਟ੍ਰੇਲੀਆ ਆ ਕੇ ਵੱਸ ਗਏ ਕੈਨੇਡਾ ਆ ਕੇ ਵੱਸ ਗਏ ਉਹਨਾਂ ਨੂੰ ਗੱਲਾਂ ਬਾਤਾਂ ਪੰਜਾਬ ਦੀਆਂ ਚੰਗੀਆਂ ਲੱਗਦੀਆਂ ਕਿ ਤੁਹਾਡੇ ਵੀ ਉੱਥੇ ਇਹੋ ਹੀ ਹੈ ਬਿਲਕੁਲ ਜੀ ਰੇਡੀਓ ਹੋਵੇ ਜਾਂ ਇਹ ਟੀ ਵੀ ਹੋਵੇ ਜਿਹੜੀਆਂ ਜ਼ਿਆਦਾ ਗੱਲਾਂ ਨੇ ਉਹ ਪੰਜਾਬ ਦੀਆਂ ਹੁੰਦੀਆਂ ਕਿਉਂਕਿ ਸਾਡੀਆਂ ਜੜ੍ਹਾਂ ਉੱਥੇ ਨੇਗੀਆਂ ਅਤੇ ਜਿਹੜਾ ਆਪਾਂ ਕੰਟਰੀ 'ਚ ਰਹਿੰਦੇ ਜਿਵੇਂ ਕੈਨੇਡਾ ਹੋ ਗਿਆ ਆਸਟ੍ਰੇਲੀਆ ਹੋ ਗਿਆ ਉਹਨਾਂ 'ਚ ਆਪਦੀ ਪ੍ਰੋਬਲਮ ਤਾਂ ਘੱਟ ਨੇ ਜੀ ਸਾਡੇ ਉੱਥੇ ਪ੍ਰੋਬਲਮਾਂ ਜ਼ਿਆਦਾ ਨੇ ਉਹਨਾਂ ਦਾ ਅਸੀਂ ਜ਼ਿਆਦਾ ਉਹ ਕਰਦੇ ਹਾਂਗੇ ਗੱਲਾਂ ਬਾਤਾਂ ਅਤੇ ਉਹਨਾਂ 'ਚ ਸਾਡਾ ਇੰਟਰਸਟ ਵੀ ਹੁੰਦਾ ਗਾ ਪੰਜਾਬੀਆਂ ਦਾ ਕਿਉਂਕਿ ਅਸੀਂ ਉੱਥੇ ਵੱਡੇ ਹੋ ਕੇ ਆਏ ਹਾਂ ਇਹ ਕਰਨਾ ਗੱਲਾਂ ਜੋ ਇੱਥੇ ਨੇ ਉੱਥੇ ਵੀ ਇਹੀ ਗੱਲਾਂ ਹੁੰਦੀਆਂ ਜੀ ਅਸੀਂ ਪਿੱਛੇ ਦੀਆਂ ਗੱਲਾਂ ਕਰਦੇ ਜ਼ਿਆਦਾਤਰ ਪਰ ਹੁਣ ਅਸੀਂ ਪਿਛਲੇ 2-3 ਸਾਲ ਤੋਂ ਜਿਹੜੀਆਂ ਜ਼ਿਆਦਾ ਖਬਰਾਂ ਨੇ ਉਹ ਆਸਟ੍ਰੇਲੀਆ ਵੀ ਦੇਣ ਲੱਗੇ ਆਸਟ੍ਰੇਲੀਆ ਦੇ ਜਿਹੜਾ ਚੈਨਲ ਹੈਗੇ ਨੇ ਜਾਂ ਅਖਬਾਰ ਹੈਗੇ ਨੇ ਉਹਨਾਂ ਤੋਂ ਅਸੀਂ ਖਬਰਾਂ ਲੈ ਕੇ ਅੱਛਾ ਜੀ ਉਹਨਾਂ ਦਾ ਪੰਜਾਬੀ ਦੇ ਵਿੱਚ ਤਰਜਮਾ ਕਰਕੇ ਅਸੀਂ ਲੋਕਾਂ ਨਾਲ ਸਾਂਝੇ ਕਰਦੇ ਹਾਂਗੇ ਉਹ ਵੀ ਅਸੀਂ ਸਾਡਾ ਇੱਕ ਪ੍ਰੋਪਰ ਰੇਡੀਓ ਦੇ ਉੱਪਰ ਇੱਕ ਸੈਗਮੈਂਟ ਰੱਖਿਆ ਹੋਇਆਗਾ ਅੱਛਾ ਜੀ ਉਹਦੇ ਵਿੱਚ ਅਸੀਂ ਆਸਟ੍ਰੇਲੀਆ ਦੇ ਵਿੱਚ ਕੀ ਹੋ ਰਿਹਾਗਾ ਉਹ ਵੀ ਲੋਕਾਂ ਨਾਲ ਸਾਂਝਾ ਕਰਦੇ ਹਾਂ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਕੀ ਹੋ ਰਿਹਾ ਉਹ ਵੀ ਲੋਕਾਂ ਨਾਲ ਸਾਂਝਾ ਕਰਦੇ ਹਾਂ ਕਿਉਂਕਿ ਅਸੀਂ ਲੰਬੇ ਸਮੇਂ ਤੋਂ ਮੀਡੀਆ ਰੇਡੀਓ ਦੇ ਨਾਲ ਵੀ ਟੀ ਵੀ ਨਾਲ ਵੀ ਅਸੀਂ ਵੇਖਦੇ ਹਾਂ ਕਿ ਕਿਸੇ ਬੱਚੇ ਨੂੰ ਇੱਥੇ ਪੁੱਛ ਲਈਏ ਕਿ ਇੱਥੋਂ ਦਾ ਪ੍ਰੀ
ਪ੍ਰੀਮੀਅਰ ਜਿਸਨੂੰ ਆਪਾਂ ਚੀਫ ਮਿਨਿਸਟਰ ਕਹਿੰਦੇ ਹਾਂ ਕੌਣ, ਕਈ ਵਾਰੀ ਉਹਨਾਂ ਨੂੰ ਇੱਥੋਂ ਦਾ ਪਤਾ ਨਹੀਂ ਹੁੰਦਾ ਬਿਲਕੁਲ। ਹੁਣ ਤਾਂ ਚਲੋ ਕੈਪਟਨ ਅਮਰਿੰਦਰ ਸਿੰਘ ਨੇ, ਪਰ ਉਹਨਾਂ ਨੂੰ ਬਾਦਲ ਦਾ ਜ਼ਰੂਰ ਪਤਾ ਹੁੰਦਾ ਸੀ, ਇੱਥੋਂ ਬਾਦਲ ਜ਼ਿਆਦਾ ਹੁੰਦੇ ਕਿਉਂਕਿ ਅਸੀਂ ਬਿਲਕੁਲ ਉੱਥੇ ਸਮੱਸਿਆਵਾਂ ਨੇ ਉਹਨਾਂ ਦਾ ਜ਼ਿਕਰ ਵੀ ਗਾਹੇ ਬਗਾਹੇ ਹੁੰਦਾ ਰਹਿੰਦਾ। ਹੁਣ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਹਰ ਤਰ੍ਹਾਂ ਦੇ ਤੁਸੀਂ ਪ੍ਰੋਗਰਾਮ ਪੇਸ਼ ਕਰਦੇ ਹੋ ਜੀ, ਪ੍ਰੋਗਰਾਮ ਦੀ ਅਸਲ ਭਾਵੇਂ ਰੇਡੀਓ ਟੈਲੀਵਿਜ਼ਨ ਹੈ, ਅਖਬਾਰ ਹੈ, ਮੈਗਜ਼ੀਨ ਹੈ, ਇਹਨਾਂ ਦੀ ਰੀਡ ਦੀ ਹੱਡੀ ਹੈ ਐਡਵਰਟਾਈਜ਼ਮੈਂਟ। ਜੇ ਉਹ ਨਹੀਂ ਆਉਂਦੀ ਤਾਂ ਜਿਹੜੇ ਤੁਹਾਡੇ ਕੰਮ ਕਰਨ ਵਾਲੇ ਹੋਸਟ ਨੇ ਜਾਂ ਬਾਕੀ ਦੀ ਟੀਮ ਹੈ ਆ ਜਿਹੜੀ ਬੈਕ ਸਟੇਜ ਕੰਮ ਕਰ ਰਹੇ ਨੇ, ਉਹਨਾਂ ਦੀ ਪੇ ਕੱਢਣੀ ਬੜੀ ਮੁਸ਼ਕਲ ਆ ਬਿਲਕੁਲ। ਉੱਥੇ ਐਡਵਰਟਾਈਜ਼ਮੈਂਟ ਦਾ ਫਿਰ ਔਨਲਾਈਨ ਰੇਡੀਓ 'ਤੇ ਕੀ ਜ਼ਰੀਆ ਜੀ? ਉੱਥੇ ਜੀ ਐਡਵਰਟਾਈਜ਼ਮੈਂਟ ਜਿਹੜੀ ਉਹ ਹਲੇ ਬਹੁਤ ਘੱਟ ਹੈਗੀ। ਇੱਕ ਤਾਂ ਵੱਡਾ ਕਾਰਨ ਉਹਦਾ ਵੀ ਸਾਡੇ ਪੰਜਾਬੀਆਂ ਦੇ ਉੱਥੇ ਬਿਜ਼ਨਸ ਇੰਨੇ ਨਹੀਂ ਹੋਏ ਹਲੇ। ਅੱਛਾ ਜੀ। ਅਤੇ ਉਹ ਵੱਡਾ ਕਾਰਨ ਹੈ ਜੀ, ਅਤੇ ਤਾਂ ਕਰਕੇ ਜਿਹੜੇ ਸਾਡੇ ਰੇਡੀਓ ਅਦਾਰੇ ਨੇ ਹਲੇ ਬਹੁਤ ਛੋਟੇ ਨੇ ਕੰਪੇਅਰ ਟੂ ਕਨੇਡਾ। ਅੱਛਾ, ਐਡਵਰਟਾਈਜ਼ ਮਿਲਦੀ ਹੈ ਜਾਂ ਫਿਰ ਵਾਲੰਟੀਅਰ ਵਰਕ ਹੈ? ਮਿਲਦੀ ਹੈ ਪਰ ਉਹ ਗੁਜ਼ਾਰੇ ਜੋਗਰੀ ਹੁੰਦੀ ਹੈਗੀ ਵੀ ਅਸੀਂ ਹਲੇ ਕਿਸੇ ਨੂੰ ਪੇ ਨਹੀਂ ਦੇ ਸਕਦੇ, ਵਾਲੰਟੀਅਰ ਵਰਕ ਅਸੀਂ ਆਪਣੇ ਵਾਲੰਟੀਅਰ ਤੌਰ 'ਤੇ ਕੰਮ ਕਰਦੇ ਹਾਂ ਰੇਡੀਓ ਦੇ ਲਈ, ਅਤੇ ਜਿੰਨੇ ਸਾਡੇ ਵਰਕਰ ਹੈਗੇ ਨੇ ਸਾਰੇ ਵਾਲੰਟੀਅਰ ਤੌਰ 'ਤੇ ਕਈ ਮੁੰਡੇ ਜੁੜੇ ਹੋਏਗੇ, ਪਰ ਆਸ ਕਰਦੇ ਹਾਂ ਆਨ ਟਾਈਮ ਦੇ ਵਿੱਚ ਵੀ ਵੱਡੇ ਵੱਡੇ ਦਫ਼ਤਰ ਬਣ ਸਕਦੇ ਨੇ ਮੀਡੀਆ ਅਦਾਰਿਆਂ ਦੇ ਇੱਥੋਂ ਵਾਂਗ, ਅਤੇ ਚੰਗਾ ਪੇ ਵੀ ਕਰ ਸਕਦੇ ਹਾਂ ਫਿਰ। ਹੁਣ ਮੈਨੂੰ ਇਹ ਦੱਸਿਓ, ਜਿਹੜੇ ਬੰਦੇ ਕੋਈ ਨਾ ਕੋਈ ਤਾਂ ਮੁੱਖ ਵਿਅਕਤੀ ਹੋਏਗਾ, ਭਾਵੇਂ ਕੋਈ ਰੇਡੀਓ ਹੈ ਜਾਂ ਟੈਲੀਵਿਜ਼ਨ ਆ, ਅਖਬਾਰ ਹੈ, ਉਹ ਕੋਈ ਕੋਈ ਨਾ ਕੋਈ ਇੱਕ ਦੋ ਵਿਅਕਤੀ ਫੁੱਲ ਟਾਈਮ ਵੀ ਕੰਮ ਕਰਦੇ ਨੇ ਜਾਂ ਸਾਰੇ ਸ਼ੌਕ ਹੀ ਪੂਰਦੇ ਜੀ? ਹਾਂ ਜੀ ਬਿਲਕੁਲ, ਸਾਡਾ ਇੱਕ ਬੰਦਾ ਹੈਗਾ ਉਹ ਫੁੱਲ ਟਾਈਮ ਰੇਡੀਓ ਦੇਖਦਾ ਜੀ, ਅਤੇ ਉਹਨਾਂ ਨੂੰ ਅਸੀਂ ਫਿਰ ਪੇ ਵੀ ਕਰਦੇ ਥੋੜ੍ਹਾ ਬਹੁਤ। ਅੱਛਾ ਜੀ। ਅਤੇ ਬਾਕੀ ਸਾਰੇ ਵਲੰਟੀਅਰ ਕਰ ਦਿਆਂਗੇ, ਅਤੇ ਸਾਰੇ ਅਦਾਰੇ 'ਚ ਇੱਦਾਂ ਹੀ ਆ ਲਗਭਗ, ਸਾਰੇ ਤਰ੍ਹਾਂ 'ਚ ਇੱਦਾਂ ਕੰਮ ਹੋ ਰਿਹਾ ਜੀ, ਭਾਵੇਂ ਰੇਡੀਓ ਹੈ, ਭਾਵੇਂ ਰੇਡੀਓ, ਭਾਵੇਂ ਟੀਵੀ ਹੈ ਜੀ, ਕੋਈ ਵੀ। ਅੱਛਾ, ਬਹੁਤ ਸਾਰੇ ਹੁਣ ਪੰਜਾਬ ਤੋਂ ਵੀ ਵਿਅਕਤੀ ਬਹੁਤ ਸਾਰੇ ਲੋਕਾਂ ਨੇ ਰੱਖੇ ਹੁੰਦੇ ਨੇ, ਉਹ ਕੋਈ ਨਾਮਾ ਨਗਾਰ ਭਾਵੇਂ ਕੋਈ ਖਬਰਾਂ ਪੜ੍ਹਦਾ ਹੈ, ਕੋਈ ਕੁਛ ਕਰਦਾ, ਤੁਹਾਡੇ ਸਟੇਸ਼ਨ 'ਤੇ ਵੀ? ਬਿਲਕੁਲ, ਸਾਡੇ ਵੀ 3-4 ਹੈਗੇ ਜੀ ਹੋਸਟ ਜਿਹੜੇ ਪੰਜਾਬ ਤੋਂ ਕਰਦੇ ਹੈਗੇ। ਇੱਕ ਸਾਡਾ ਸ਼ੋਅ ਸਵੇਰ ਦਾ ਹੁੰਦਾ ਜੀ, ਉਹ ਚੰਡੀਗੜ੍ਹ ਤੋਂ ਹੁੰਦਾ ਗਾ। ਅੱਛਾ ਜੀ। ਅਤੇ ਨਾਲ ਸਾਡੇ ਨਾਲ ਪਰਮਜੀਤ ਸਿੰਘ ਬਾਠ ਖਬਰਾਂ ਲੈ ਕੇ ਜੁੜਦੇ ਨੇ ਜਲੰਧਰ ਤੋਂ, ਠੀਕ ਹੈ ਜੀ। ਅਤੇ ਇੱਦਾਂ ਦੋ ਤਿੰਨ ਬੱਚੇ ਹੈਗੇ ਸਾਡੇ ਨਾਲ ਹੋਸਟ ਜਿਹੜੇ ਪੰਜਾਬ ਤੋਂ ਕੰਮ ਕਰਦੇ ਹੈਗੇ, ਅਤੇ ਉਹਨਾਂ ਨੂੰ ਤਾਂ ਪੇ ਦੇਣੀ ਪੈਂਦੀ ਹੋਈ, ਉਹਨਾਂ ਨੂੰ ਪੇ ਦਿੰਦੇ ਹਾਂ ਜੀ ਅਸੀਂ। ਅੱਛਾ, ਇਹ ਕਾਫੀ ਫਿਰ ਮਹਿੰਗਾ ਕੰਮ ਨੇ ਜੀ, ਆਪ ਵਲੰਟੀਅਰ ਵਰਕ ਕਰਨਾ ਅਤੇ ਦੂਸਰਿਆਂ ਨੂੰ ਤਾਂ ਪੈਸੇ ਦੇਣੇ ਪੈਂਦੇ। ਬਿਲਕੁਲ ਹੈਗਾ ਜੀ, ਪਰ ਨਾਲ ਨਾਲ ਸ਼ੌਂਕ ਹੈ, ਸ਼ੌਂਕ ਦਾ ਵੀ ਮਤਲਬ ਹੁੰਦਾ, ਅਤੇ ਵੱਡੀ ਗੱਲ ਇਹ ਹੈ ਵੀ ਜੇ ਆਪ ਨਹੀਂ ਕੰਮ ਕਰਦੇ ਦੂਜਿਆਂ ਦਾ ਕੰਮ ਵਿੱਚ ਨੁਕਤਾ 'ਚ ਨਹੀਂ ਕਰਨ ਨੂੰ ਫਿਰ ਹੱਕ ਨਹੀਂ ਸਾਡਾ। ਬਿਲਕੁਲ। ਫਿਰ ਤਾਂ ਅਸੀਂ ਕਿਹੜੀ ਖਬਰ ਆ ਉਹ ਪੂਰੀ ਹੈ ਖੋਜ ਕੇ ਲੈ ਕੇ ਆਉਣੇਗੇ, ਤਾਂ ਕਿ ਲੋਕਾਂ ਦਾ ਸੱਚ ਦੇਖੀਏ, ਕਿਉਂਕਿ ਅੱਜ ਕੱਲ੍ਹ ਮੇਰੇ ਪਾਸ ਜਿਹੜਾ ਮੀਡੀਆ ਨਾ ਉਹ ਸਰਕਾਰ ਦੇ ਹੱਥ ਦੇ ਵਿੱਚ ਹੁੰਦਾ ਜਾ ਰਿਹਾ, ਹੋ ਗਿਆ ਕਾਫੀ ਹੱਦ ਤੱਕ, ਅਤੇ ਫਿਰ ਉਹਨਾਂ ਨੂੰ ਦੂਸਰੀ ਤਸਵੀਰ ਦਿਖਾਉਣ ਲਈ ਸਾਨੂੰ ਇਹ ਸ਼ੁਰੂ ਕਰਨਾ ਪਿਆ ਹੈਗਾ, ਨਹੀਂ ਤਾਂ ਐਡੀ ਕੋਈ ਲੋੜ ਨਹੀਂ ਹੁੰਦੀ ਅਦਾਰਾ ਚਲਾਉਣ ਦੀ। ਅਤੇ ਜੀ ਆਪਣੀ ਗੱਲ ਸਿਰਫ ਆਪਣੀ ਹੀ ਗੱਲ ਆਪਣੇ ਪੱਖ ਦੀ ਮੂਹਰੇ ਨਾ ਰੱਖ ਸਕਣ, ਦੁਨੀਆਂ ਦਾ ਲੋਕਾਂ ਦਾ ਪੱਖ ਕੀ ਹੈਗਾ ਉਹਨੂੰ ਸਾਡਾ ਦਿਖਾਉਣਾ ਵੀ ਫਰਜ਼ ਬਣਦਾ ਜੀ। ਹੁਣ ਜੇ ਆਪਾਂ ਗੱਲ ਮੀਡੀਆ ਦੀ ਚੈਨਲਸ ਦੀ ਕਰੀਏ, ਕੈਨੇਡਾ ਦੀ ਉਹ ਗੱਲ ਕਰ ਲਈਏ, ਸਾਡੇ ਇੱਥੇ ਰੈਗੂਲਰ ਫ੍ਰੀਕੁਐਂਸੀ 'ਤੇ ਰੇਡੀਓ ਨੇ, ਰੈਗੂਲਰ ਫ੍ਰੀਕੁਐਂਸੀ ਦੇ ਉੱਤੇ ਚੈਨਲਸ ਦੇ ਉੱਤੇ ਸਾਡੇ ਟੀਵੀ ਚੈਨਲ ਚੱਲਦੇ ਨੇ ਜੀ, ਪਰ ਜਦੋਂ ਹੁਣ ਇੱਕ ਔਨਲਾਈਨ ਰੇਡੀਓ ਹੈ, ਹੁਣ ਲੋਕਾਂ ਕੋਲ ਤਾਂ ਸੋਸ਼ਲ ਮੀਡੀਆ ਬਹੁਤ ਜ਼ਬਰਦਸਤ ਹੈ ਇਸ ਵਕਤ, ਫਿਰ ਉਹ ਕਿੰਨੀ ਤਰਜੀਹ ਦਿੰਦੇ ਨੇ ਕਿ ਕਿਸੇ ਵਿਅਕਤੀ ਨੂੰ ਸੁਣਨ ਜਾਂ ਕਿਸੇ ਵਿਅਕਤੀ ਦੁਆਰਾ ਪੇਸ਼ ਕੀਤੀ ਖਬਰ ਨੂੰ ਸੁਣਨ, ਕਿਉਂਕਿ ਜਦੋਂ ਉਹਨਾਂ ਕੋਲ ਵੀ ਟੂਲ ਤੁਹਾਡੇ ਵਰਗੇ ਟੂਲ ਉਹਨਾਂ ਕੋਲ ਹੈ, ਉਹ ਆਪਣੀ ਸਗੋਂ ਗੱਲ ਕਰ ਸਕਦੇ ਆ। ਸਾਡੇ ਰਿਵਾਜ਼ ਥੋੜ੍ਹਾ ਹੋਰ ਆ ਬੈਨੀਪਾਲ ਸਾਹਿਬ ਜੀ, ਵੀ ਇੱਥੇ ਮੈਂ ਦੇਖਿਆ ਤੁਸੀਂ ਕਾਰਾਂ ਵਿੱਚ ਰੇਡੀਓ ਜ਼ਿਆਦਾ ਸੁਣਦੇ ਹੋਗੇ ਜੀ, ਸਾਡੇ ਅਸੀਂ ਰੇਡੀਓ ਸੁਣਦੇ ਫੋਨ 'ਤੇ ਸੁਣਦੇ ਜੀ ਉਹ, ਜਾਂ ਐਪ 'ਤੇ ਜਾਂ ਸਾਡੇ ਜਿਹੜੇ ਫੋਨ ਨੇ ਉੱਥੇ ਅਨਲਿਮਿਟਡ ਨੇਗੇ, ਵੈਂਟੂਲੇਸ਼ਨ 'ਤੇ ਸੁਣਦੇ ਆ ਇਹ। ਅੱਛਾ, ਸਾਡੇ ਵਿੱਚ ਜੇ ਕੋਈ ਬੰਦਾ ਫੈਕਟਰੀ ਕੰਮ ਕਰਦਾ ਉਹ ਵੀ ਰੇਡੀਓ ਸੁਣਦਾ, ਕਿਉਂਕਿ ਉਹਦੇ ਕੰਨ ਦੇ ਵਿੱਚ ਹੈੱਡਫੋਨ ਲੱਗਾ। ਅੱਛਾ, ਅਤੇ ਨਾਲ ਨਾਲ ਫੋਨ ਆਨ ਕਰਕੇ ਜਿਹਦੇ 'ਚ ਪਾਇਆ ਹੈ ਉਹ ਵੀ ਨਾਲ ਨਾਲ ਰੇਡੀਓ ਇੰਜੋਏ ਕਰੇਗਾ, ਅਤੇ ਲੋਕਾਂ ਨੂੰ ਆਦਤ ਬਣੀ ਹੋਈ ਆ ਉੱਥੇ, ਉੱਥੇ ਕਾਰਾਂ ਵਿੱਚ ਰੇਡੀਓ ਘੱਟ ਸੁਣਿਆ ਜਾਂਦਾ, ਘਰਾਂ ਵਿੱਚ ਜਾਂ ਫਿਰ ਕੰਮ 'ਤੇ ਘਰਾਂ 'ਚ ਵੀ ਉਹ ਸੁਣਿਆ ਜਾਂਦਾ ਬਿਲਕੁਲ ਔਨਲਾਈਨ। ਹਾਂਜੀ ਹਾਂਜੀ, ਈਵਨ ਕਿ ਇੱਥੋਂ ਕੈਨੇਡਾ ਤੋਂ ਵੀ ਲੋਕ ਸਾਨੂੰ ਐਪ ਦੇ ਰਾਹੀਂ ਸੁਣਦੇ ਨੇਗੇ। ਬਿਲਕੁਲ ਸੇਮ ਹੀਅਰ, ਅਸੀਂ ਜਦੋਂ ਦੇਖਦੇ ਹਾਂ ਅਸੀਂ ਪ੍ਰੋਗਰਾਮ ਰੇਡੀਓ 'ਤੇ ਕਰੀਦਾ, ਅਤੇ ਮੇਰੇ ਖਿਆਲ ਦੇ ਵਿੱਚ ਬਹੁਤ ਸਾਰੇ ਸਰੋਤੇ ਨੇ ਜਿਹੜੇ ਸਾਨੂੰ ਆਸਟ੍ਰੇਲੀਆ ਤੋਂ ਹੀ ਸੁਣਦੇ ਨੇ, ਉਹ ਭਾਵੇਂ ਅੱਧੀ ਰਾਤ ਹੋਵੇ ਦਿਨ ਹੋਵੇ, ਹਾਂਜੀ ਉਹ ਲਗਾਤਾਰਤਾ ਦੇ ਨਾਲ ਸੁਣਦੇ ਨੇ, ਫਿਰ ਜਿਹੜੀਆਂ ਗੱਲਾਂ ਸਾਨੂੰ ਦੱਸਦੇ ਨੇ ਯਾਰ ਵੀ ਅਸੀਂ ਇੱਥੇ ਸੁਣਦੇ ਹਾਂ ਪਰ ਸਵਾਦ ਨਹੀਂ ਆਉਂਦਾ, ਕਦੇ ਕੋਈ ਹੁੰਦਾ ਕਿਉਂਕਿ ਕਿਸੇ ਇੱਕ ਵਿਅਕਤੀ ਨਾਲ ਵੱਜਣਾ ਚਾਹੁੰਦੇ ਆ ਸੇਮ ਟਾਈਮ 'ਤੇ। ਹਾਂ ਹਰੇਕ ਦੀ ਆਪਾਂ ਆਪਣੀ ਸੋਚ ਆ ਜੀ, ਕੋਈ ਕਿਸੇ ਨੂੰ ਲਾਈਕ ਕਰਦਾ, ਕਿਸੇ ਨੂੰ ਲਾਈਕ ਕਰਦਾ ਗਾ, ਅਤੇ ਫਿਰ ਅੱਜ ਕੱਲ੍ਹ ਤੁਹਾਨੂੰ ਪਤਾ ਵੀ ਸਾਧਨ ਦਾ ਹਰ ਕੋਲ ਹੈ। ਬਿਲਕੁਲ ਬਿਲਕੁਲ, ਦੁਨੀਆ ਇੱਕ ਪਿੰਡ ਬਣ ਗਈ ਹੈ। ਹਾਂ ਉਹ ਕਨੈਕਟ ਹੋਣਾ ਸੌਖਾ ਗਾ, ਤੁਸੀਂ ਜਿੱਥੇ ਮਰਜ਼ੀ ਸ਼ੋਅ ਕਰਦੇ ਹੋ ਪਰ ਤੁਹਾਡਾ ਸਰੋਤਾ ਕਿੱਥੇ ਬੈਠਾ ਤੁਹਾਨੂੰ ਵੀ ਪਤਾ ਨਹੀਂ ਹੋਣਾ, ਵੀ ਕਈ ਸਾਇਲੈਂਟ ਲਿਸਨਰ ਹੁੰਦੇ ਨੇ, ਬਿਲਕੁਲ ਦੱਸਦੇ ਨਹੀਂ, ਕਈ ਕਾਲ ਕਰਕੇ ਦੱਸ ਦਿੰਦੇ ਨੇ ਵੀ ਹਾਂ ਮੈਂ ਤੁਹਾਨੂੰ ਸੁਣਨਾ ਜੀ। ਹੁਣ ਉੱਥੇ ਜਦੋਂ ਵਿਅਕਤੀ ਪੰਜਾਬ ਤੋਂ ਤੁਰਦਾ, ਜਿਸ ਤਰ੍ਹਾਂ ਤੁਸੀਂ ਸਟੂਡੈਂਟ ਦੇ ਤੌਰ 'ਤੇ, ਪਤਾ ਨਹੀਂ ਕਿਹੋ ਜਿਹੀ ਦੁਨੀਆ ਹੋਏਗੀ, ਕਿਹੋ ਜਿਹਾ ਸ਼ਹਿਰ ਹੋਏਗਾ, ਕਿਸ ਤਰ੍ਹਾਂ ਦੇ ਲੋਕ ਮਿਲਣਗੇ,
ਤੇ ਪਰ ਜਦੋਂ ਮੈਂ 12 ਸਾਲ ਪਿੱਛੇ ਦੇਖਦਾ ਗਾ ਤੇ ਉਦੋਂ ਵੀ ਠੀਕ ਸੀਗਾ ਤੇ ਹੁਣ ਬਾਬੇ ਦੀ ਕਲਪਨਾ ਉਦੋਂ ਜ਼ਿਆਦਾ ਵਧੀਆ ਜੀ। ਉੱਥੋਂ 10 ਪਲੱਸ 2 ਕੀਤੀ ਸੀ ਜੀ? ਨਹੀਂ, ਉੱਥੋਂ ਮੈਂ ਗ੍ਰੈਜੂਏਸ਼ਨ ਕਰਕੇ ਗਿਆ ਸੀ, BA BEd ਸੀ ਜੀ ਉੱਥੋਂ ਮੈਂ। BA BEd? ਹਾਂਜੀ ਹਾਂਜੀ, ਮੈਂ ਟੀਚਰ ਬਣ ਚੱਲਿਆ ਸੀਗਾ। ਅੱਛਾ ਜੀ। ਹਾਂ, ਮੈਂ ਪੜ੍ਹਾਇਆ ਥੋੜ੍ਹਾ ਟਾਈਮ ਸਕੂਲ ਦੇ ਵਿੱਚ। ਅੱਛਾ ਜੀ। ਮੇਰਾ ਸੁਪਨਾ ਸੀ ਅਸਲ ਦੇ ਵਿੱਚ ਆਪਣਾ ਸਕੂਲ ਖੋਲ੍ਹਣ ਦਾ ਪੰਜਾਬ ਦੇ ਵਿੱਚ, ਕਿਉਂਕਿ ਮੇਰੀ ਜਿਹੜੀ ਜ਼ਮੀਨ ਆ ਰੋਡ ਦੇ ਉੱਪਰ ਆ ਗਈ। ਅੱਛਾ ਜੀ। ਅਤੇ ਮੈਂ ਬਹੁਤ ਵੱਡਾ ਸਕੂਲ ਖੋਲ੍ਹਣਾ ਚਾਹੁੰਦਾ ਸੀ ਉਸ ਟਾਈਮ ਵਿੱਚ, ਇਸ ਲਈ ਮੈਂ BEd ਕੀਤੀ ਸੀ। ਪਰ ਬਾਅਦ ਦੇ ਵਿੱਚ ਜਿਹੜਾ ਮੇਰਾ ਦਾਣਾ ਪਾਣੀ ਹੈ ਜੀ, ਉਹ ਲਿਖਿਆ ਸੀ ਆਸਟ੍ਰੇਲੀਆ, ਅਤੇ ਉੱਥੇ ਜਾਣਾ ਪਿਆ। ਦੋਸਤੋ, ਇਸ ਵਕਤ ਤੁਸੀਂ ਠੁੱਲੀਵਾਲ ਸਾਹਿਬ ਦੇ ਨਾਲ ਸਾਡੀ ਮੁਲਾਕਾਤ ਵੇਖ ਸੁਣ ਰਹੇ ਹੋ। ਵਾਪਸ ਆਏ ਇਹਨਾਂ ਕੁਝ ਮਸ਼ਹੂਰੀਆਂ ਤੋਂ ਬਾਅਦ। ਦੋਸਤੋ, ਚੱਲਦੇ ਚੱਲਦੇ ਪ੍ਰੋਗਰਾਮ ਦੀ ਆਖਰੀ ਮੰਜ਼ਿਲ ਵੱਲ ਵੱਧਦੇ ਜਾ ਰਹੇ ਹਾਂ ਅਤੇ ਠੁੱਲੀਵਾਲ ਸਾਹਿਬ ਸਾਡੇ ਮਹਿਮਾਨ ਨੇ। ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਦਿਮਾਗ 'ਚ ਇਹ ਸੀ ਕਿ ਇੱਕ ਟੀਚਰ ਬਣਾਂਗਾ, ਖੁਦ ਆਪਣਾ ਸਕੂਲ ਖੋਲ੍ਹਾਂਗਾ, ਉਦੋਂ ਤਾਂ ਹੁੰਦਾ ਕਿ ਘਰਦਿਆਂ ਤੋਂ, ਮਾਪਿਆਂ ਤੋਂ ਪੈਸੇ ਢੇਲੇ ਦੀ ਮੰਗ ਕਰਾਂਗੇ ਅਤੇ ਸਕੂਲ ਖੋਲ੍ਹਾਂਗੇ। ਹੁਣ ਤਾਂ ਬਾਬੇ ਨੇ ਸੁੱਖ ਨਾਲ ਚੰਗਾ ਬਿਜ਼ਨਸ ਬਣਾ ਦਿੱਤਾ, ਹੁਣ ਨਹੀਂ ਕਦੇ ਸੋਚਦੇ ਉਹ ਮਿੱਟੀ ਵਾਜਾਂ ਹੁਣ ਨਹੀਂ ਮਾਰਦੀ? ਬਿਲਕੁਲ ਮਾਰਦੀ। ਮੈਂ ਹੁਣ ਰੀਸੈਂਟਲੀ ਪੰਜਾਬ ਤੋਂ ਹੀ ਆਇਆ, ਸਿੱਧਾ ਪੰਜਾਬ ਤੋਂ ਇੱਧਰ ਨੂੰ ਆ ਰਿਹਾ ਗਾ, ਮੈਂ ਪਾਇਆ ਪੰਜਾਬ ਹੋ ਕੇ ਆਇਆ ਆਸਟ੍ਰੇਲੀਆ ਦੇ ਇੱਧਰ ਨੂੰ। ਅੱਛਾ ਜੀ। ਹੁਣ ਵੀ ਜਿੰਨੇ ਮੇਰੇ ਦੋਸਤ ਉੱਥੇ ਸਰਕਲ ਦੇ ਵਿੱਚ ਹੈਗੇ ਆ, ਜਿਹੜੇ ਖਾਸ ਦੋਸਤ ਹੁੰਦੇ ਆ ਨਾ, ਉਹਨਾਂ ਨੂੰ ਬਹਿ ਕੇ ਗੱਲ ਕਰਦੇ ਯਾਰ ਆਪਾਂ ਹੁਣ ਕੁਛ ਸ਼ੁਰੂ ਕਰੀਏ ਇੱਥੇ, ਵੀ ਜਿਹੜਾ ਪਹਿਲਾਂ ਸੁਪਨਾ ਸੀਗਾ 10-15 ਸਾਲ ਪਹਿਲਾਂ, ਵੀ ਹੁਣ ਕਿਉਂ ਨਾ ਪੂਰਾ ਕਿਤੇ ਜਾ ਸਕੇ, ਵੀ ਹੁਣ ਪੈਸਾ ਵੀ ਹੈਗਾ, ਸਮਾਂ ਵੀ ਹੈਗਾ, ਪਰ ਲੱਗਦਾ ਵੀ ਹੁਣ ਆਉਣ ਵਾਲੇ 1-2 ਸਾਲ ਦੇ ਵਿੱਚ ਕੋਈ ਨਾ ਕੋਈ ਪ੍ਰੋਜੈਕਟ ਪੰਜਾਬ ਦੇ ਵਿੱਚ ਵੀ ਸਟਾਰਟ ਕਰਾਂਗੇ ਜੀ। ਜਦੋਂ ਸਕੂਲ ਤੋਂ ਆਪਾਂ ਕਾਲਜ ਦੇ ਵਿੱਚ ਜਾਂਦੇ ਹਾਂ, ਬਿਲਕੁਲ ਦੁਨੀਆ ਬਦਲ ਜਾਂਦੀ ਹੈ, ਜਾਂ ਯੂਨੀਵਰਸਿਟੀ ਜਾਂਦੇ ਹਾਂ, ਬਿਲਕੁਲ ਦੁਨੀਆ ਬਦਲੀ ਬਦਲੀ ਹੁੰਦੀ ਹੈ। ਯੂਥ ਫੈਸਟੀਵਲ ਹੁੰਦੇ ਨੇ, ਉੱਥੇ ਬਹੁਤ ਸਾਰੇ ਲੋਕ ਕਿਸੇ ਭੰਗੜੇ 'ਚ ਨਿਕਲ ਜਾਂਦੇ ਨੇ, ਕੋਈ ਗਾਉਣ 'ਚ ਨਿਕਲ ਜਾਂਦਾ, ਕੋਈ ਗਜ਼ਲ 'ਚ, ਕੋਈ ਕਵਿਤਾ 'ਚ, ਕੋਈ ਭਾਸ਼ਣ ਮੁਕਾਬਲੇ 'ਚ। ਕੋਈ ਕਰਦੇ ਸੀ ਜੀ? ਜੀ ਬਿਲਕੁਲ, ਤੁਸੀਂ ਜਿਵੇਂ ਸਕੂਲ ਕਾਲਜ ਦੀ ਗੱਲ ਕੀਤੀ, ਜਿੰਨਾ ਸਕੂਲ ਤੋਂ ਕਾਲਜ ਦਾ ਫਰਕ ਆ ਜੀ, ਉਹਨਾਂ ਕਾਲਜ ਤੋਂ ਯੂਨੀਵਰਸਿਟੀ ਦਾ ਫਰਕ। ਬਿਲਕੁਲ ਬਿਲਕੁਲ। ਮੈਂ ਸਕੂਲ ਟਾਈਮ ਦੇ ਵਿੱਚ ਭੰਗੜੇ 'ਚ ਆ ਗਿਆ ਸੀਗਾ। ਅੱਛਾ ਜੀ। ਅਤੇ ਸਾਡੇ ਉਸਤਾਦ ਸੀਗੇ ਜਦੋਂ ਸਿੱਖੇ 'ਚ ਭੰਗੜਾ, ਬਾਈ ਹਰਦੀਪ ਸਰਪੰਚ ਅਤੇ ਜਗਜੀਤ ਜੱਗਾ, ਭੰਗੜਾ ਸਿੱਖਿਆ। ਬਾਅਦ ਵਿੱਚ ਮੈਂ ਛੇਤੀ ਹੀ ਸੰਪਰਕ 'ਚ ਆ ਗਿਆ ਸੀ ਬਾਈ ਗੁਰਸੇਵਕ ਸਿੱਧੂ ਹੋਰਾਂ ਦੇ, ਜਿਹੜੇ ਅੱਜ ਕੱਲ੍ਹ ਐਡਮਿੰਟਨ ਦੇ ਵਿੱਚ ਪੰਜਾਬੀ ਫੋਕ ਡਾਂਸ ਅਕੈਡਮੀ ਚਲਾਉਂਦੇ ਨੇ। ਉਹਨਾਂ ਨੇ ਮੈਨੂੰ ਬਿਲਕੁਲ ਪੋਲਿਸ਼ ਕੀਤਾ ਭੰਗੜੇ ਦੇ ਵਿੱਚ। ਅੱਛਾ ਜੀ। ਵੀ ਦੱਸਿਆ ਵੀ ਕਿ ਬਰੀਕੀ ਦੱਸਿਆ ਕੀ ਹੁੰਦੀ ਹੈ, ਅਤੇ ਉਦੋਂ ਤੋਂ ਲੈ ਕੇ ਜੀ ਹੁਣ ਤੱਕ ਭੰਗੜੇ ਨਾਲ ਜੁੜਿਆ ਹੋਇਆ ਮੈਂ। ਅਤੇ ਮੈਂ ਆਸਟ੍ਰੇਲੀਆ ਦੇ ਵਿੱਚ 2008 ਤੱਕ ਖੁਦ ਭੰਗੜਾ ਪਾਇਆ, ਬਾਅਦ ਦੇ ਵਿੱਚ ਕਈ ਟੀਮਾਂ ਨੂੰ ਕੋਚਿੰਗ ਦਿੱਤੀ ਹੈਗੀ। ਅੱਛਾ ਜੀ। ਇੰਟਰਨੈਸ਼ਨਲ ਲੈਵਲ 'ਤੇ ਮੈਂ ਜੱਜਮੈਂਟ ਕੀਤੀ ਹੈ ਕਈ ਵਾਰ ਜੀ। ਅੱਛਾ ਜੀ। ਅਤੇ ਆਉਣ ਟਾਈਮ 'ਚ ਇੱਦਾਂ ਚੱਲਦਾ ਰਹੂਗਾ, ਅਤੇ ਹੁਣ ਬਾਬੇ ਦੀ ਕਿਰਪਾ ਨਾਲ ਇੱਕ ਭੰਗੜੇ ਦੀ ਅਕੈਡਮੀ ਸ਼ੁਰੂ ਕਰਨ ਜਾ ਰਹੇ ਹਾਂ ਆਸਟ੍ਰੇਲੀਆ ਦੇ ਵਿੱਚ, ਅਤੇ ਉਹ ਵੀ ਹੁਣ ਆਨਲਾਈਨ ਟਾਈਮ ਦੇ ਵਿੱਚ ਚੱਲਦੀ ਹੀ ਸਟਾਰਟ ਹੋ ਜਾਏਗੀ। ਹੁਣ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ, ਸਾਡੇ ਇੱਥੇ ਬਹੁਤ ਸਾਰੀਆਂ ਅਕੈਡਮੀਆਂ ਖੁੱਲ੍ਹੀਆਂ ਨੇ ਬੱਚੇ, ਕਈ ਅਕੈਡਮੀਆਂ ਦਾ ਤਾਂ ਇਹ ਰੂਲ ਹੈ ਕਿ ਜੇ ਤੁਸੀਂ ਬੱਚਾ ਰਜਿਸਟਰਡ ਕਰਵਾ ਕੇ ਨਾ ਲੈ ਕੇ ਆਏ ਤਾਂ ਤੁਹਾਨੂੰ ਪੈਸਾ ਦੇਣਾ ਪਏਗਾ। ਅੱਛਾ। ਅਦਰਵਾਈਜ਼ ਲੈਸਨ ਬਿਲਕੁਲ ਫਰੀ ਨੇ। ਅੱਛਾ। ਜੇ ਨਾ ਆਏ ਫਿਰ ਐਬਸੈਂਟ ਦੇ ਤੁਹਾਨੂੰ ਪੈਸੇ ਦੇਣੇ ਪੈਣਗੇ। ਹੁਣ ਉੱਥੇ ਕਿੰਨਾ ਕੁ ਰੁਝਾਨ ਹੈ ਜੀ ਲੋਕਾਂ ਦਾ ਆਪਣੇ ਬੱਚਿਆਂ ਨੂੰ ਇਸ ਪਾਸੇ ਲਾਉਣ 'ਚ? ਰੁਝਾਨ ਕਾਫੀ ਆ ਜੀ, ਅਤੇ ਤਾਂਹੀਓ ਸ਼ੁਰੂ ਕਰ ਰਿਹਾ। ਮੈਨੂੰ ਪਹਿਲਾਂ ਤਾਂ ਨਹੀਂ ਸੀ ਵੀ ਨਾ ਕਰਾਂ, ਪਰ ਜਿਹੜੇ ਲੋਕ ਜਾਣਦੇ ਆ ਮੈਨੂੰ ਵੀ ਮੈਂ ਭੰਗੜੇ ਨਾਲ ਜੁੜਿਆ ਹੋਇਆ ਪਿਛਲੇ ਲੰਬੇ ਟਾਈਮ ਤੋਂ, ਮੈਨੂੰ ਇੱਕ ਸਮਝ ਹੈਗੀ ਆ ਭੰਗੜੇ ਦੀ, ਹੈ ਨਾ, ਉਹ ਉਹਨਾਂ ਨੇ ਕਾਫੀ ਪੁਸ਼ ਕੀਤਾ ਵੀ ਤੂੰ ਕਿਉਂ ਨਹੀਂ ਸਟਾਰਟ ਕਰਦਾ, ਬੱਚੇ ਵੱਡੇ ਹੋ ਰਹੇ ਨੇ, ਜੇ ਹੁਣ ਨਾ ਸਿੱਖੇ ਫਿਰ ਕਦੋਂ ਸਿੱਖਣਗੇ ਇਹ? ਮੇਰਾ ਆਪਣਾ ਬੇਟਾ ਖੁਦ 7 ਸਾਲ ਦਾ ਹੋ ਗਿਆ। ਅੱਛਾ ਜੀ। ਅਤੇ ਮੈਨੂੰ ਖੁਦ ਨੂੰ ਦੇਖ ਕੇ ਹੁੰਦਾ ਵੀ ਯਾਰ ਜੇ ਹੁਣ ਮੈਂ ਇਹਨਾਂ ਨੂੰ ਨਹੀਂ ਸਿਖਾਊਂਗਾ ਫਿਰ ਇਹਨਾਂ ਨੇ ਸਿੱਖਣਾ ਵੀ ਹੈ ਨਹੀਂ, ਵੀ ਇਹਨਾਂ ਨੂੰ ਆਪਣੇ ਵਿਰਸੇ ਨਾਲ ਆਪਣੇ ਕਲਚਰ ਨਾਲ ਕਿਵੇਂ ਜੋੜੀਏ। ਅਤੇ ਹੁਣ ਇਹ ਚੀਜ਼ ਨੂੰ ਸਮਝਦੇ ਹੋਏ ਜੀ ਭੰਗੜੇ ਦੀ ਜਿਹੜੀ ਅਕੈਡਮੀ ਆ ਉਹ ਮੈਲਬਨ ਦੇ ਵਿੱਚ ਪੰਜਾਬੀ ਫੋਕ ਡਾਂਸ ਅਕੈਡਮੀ ਆਸਟ੍ਰੇਲੀਆ ਇੱਥੋਂ ਦੀ ਬ੍ਰਾਂਚ ਆ ਜੀ ਐਡਮਿੰਟਨ ਦੀ, ਉਹ ਉੱਥੇ ਲੈ ਕੇ ਜਾ ਰਿਹਾ ਹੈਗਾ, ਅਤੇ ਉਹ ਉੱਥੇ ਸ਼ੁਰੂ ਹੋਵੇਗੀ ਜੀ। ਠੁੱਲੀਵਾਲ ਸਾਹਿਬ, ਜਿਸ ਤਰ੍ਹਾਂ ਤੁਸੀਂ ਦੱਸਦੇ ਹੋ ਕਿ ਤੁਹਾਡਾ ਜਿਹੜਾ ਕਲਚਰਲ ਜਿਹੜੇ ਸ਼ੋਅ ਨੇ ਜ਼ਿਆਦਾ ਉਹਨਾਂ ਨਾਲ ਵਾਹ, ਕਲਾਕਾਰ ਕੋਈ ਆ ਗਿਆ ਉੱਥੇ ਇੰਟਰਵਿਊ ਕਰਨੀ ਜਾਂ ਉਹਨਾਂ ਦੀ ਪ੍ਰੈਸ ਕਾਨਫਰੰਸ ਅਟੈਂਡ ਕਰਨੀ, ਹੁਣ ਬੀਤੇ ਕੁਝ ਕੁ ਮਹੀਨਿਆਂ ਤੋਂ ਬਹੁਤ ਰੌਲਾ ਰੱਪਾ ਪਿਆ ਹੋਇਆ ਕਿ ਕਲਾਕਾਰ ਤਾਂ ਜੇ ਰਸਲੇ ਤੋਂ ਬਿਨਾਂ ਗੱਲ ਹੀ ਨਹੀਂ ਕਰਦੇ, ਨਸ਼ਿਆਂ ਤੋਂ ਬਿਨਾਂ ਗੱਲ ਹੀ ਨਹੀਂ ਕਰਦੇ। ਬਿਲਕੁਲ। ਕੀ ਮਹਿਸੂਸ ਕਰਦੇ ਹੋ? ਬਿਲਕੁਲ ਜੀ, ਬਹੁਤ ਕਹਿ ਲਓ ਵੀ ਭੈੜਾ ਮਹਿਸੂਸ ਕਰਦਾ ਮੇਰਾ, ਜਦੋਂ ਮੈਂ ਕਿਸੇ ਕਲਾਕਾਰ ਦੀ ਇੰਟਰਵਿਊ ਕਰਦਾ ਇੱਦਾਂ ਦਿੱਤੀ ਜਾਂ ਕਾਨਫਰੰਸ 'ਤੇ ਜਾਂਦਾ, ਮੇਰੇ ਸਵਾਲ ਪੱਕੇ ਹੁੰਦੇ, ਮੈਨੂੰ ਪੁੱਛੇ ਵੀ ਕੰਟਰੋਵਰਸੀ ਵੀ ਹੋਈ ਹੈ ਪਿੱਛੇ ਕਈ ਵਾਰ, ਅਤੇ ਬੱਬੂ ਮਾਨ ਨਾਲ ਵੀ ਮੇਰੀ ਇੱਦਾਂ ਹੋਈ ਸੀਗੀ ਕਾਫੀ, ਕਹਿ ਲਓ ਵੀ ਬਾਅਦ ਵਿੱਚ ਤੂੰ ਤੂੰ ਮੈਂ ਵਾਲੀ ਗੱਲ ਹੀ ਹੋ ਜਾਂਦੀ ਹੈ ਨਾ ਜੀ, ਅਤੇ ਕਿਉਂਕਿ ਇੱਕ ਮੀਡੀਆ ਪਰਸਨ ਮੇਰਾ ਹੱਕ ਮੰਨਦਾ ਜੀ ਮੈਂ ਉਹਨੂੰ ਪੁੱਛਾਂ ਸਵਾਲ, ਤਾਂ ਬੇਸਿਕਲੀ ਉਹ ਲੋਕਾਂ ਦੇ ਹੁੰਦੇ ਆ, ਜਵਾਬ ਦੇਣਾ ਨਾ ਦੇਣਾ ਉਹਨਾਂ ਦੀ ਮਰਜ਼ੀ ਆ, ਅਤੇ ਪਰ ਮੈਂ ਜੀ ਮੇਰੇ ਖੁਦ ਦੀ ਸਾਡੇ ਸਾਰੇ ਮੀਡੀਆ ਦੀ ਕੌਮੀ ਆਵਾਜ਼ ਦੀ ਕਹਿ ਲਓ ਵੀ ਸਾਡੀ ਇਹ ਇੱਕ ਨਿਯਮ ਬਣਾਇਆ ਹੋਇਆ ਵਾ ਵੀ ਜੇ ਕੋਈ ਤੁਹਾਡੇ ਕੋਈ ਬੰਦਾ ਦਿੱਦਾ ਆਉਂਦਾ, ਕੋਈ ਦਾਗੀ ਬੰਦਾ ਚਾਹੇ ਉਹ ਕਲਾਕਾਰ ਆ ਚਾਹੇ ਕੋਈ ਲੀਡਰ ਆ, ਇੱਕ ਵਾਰ ਉਹਦੇ ਮੱਥੇ ਨੂੰ ਗਰਮੀ ਜੇ ਨਹੀਂ ਆਉਂਦੀ ਤੁਹਾਡੇ ਸਾਹਮਣੇ ਬਹਿ ਕੇ, ਵੀ ਤੁਸੀਂ ਸਵਾਲ ਨਹੀਂ ਹੈਗੇ, ਤੁਸੀਂ ਸਵਾਲ ਨੂੰ ਇੱਦਾਂ ਦੇ ਪੁੱਛਣੇ ਨੇ
ਜਿਹੜਾ ਅਦਾਰਾ ਹੈਗਾ ਕੌਮੀ ਆਵਾਜ਼, ਇਹ ਸਾਰਿਆਂ ਦੀ ਸਾਡੀ ਸੋਚ ਹੈ ਜੀ, ਅਤੇ ਇਹ ਨਹੀਂ ਵੀ ਅਸੀਂ ਕਿਸੇ ਦੀ ਇਨਸਲਟ ਕਰ ਦਿਆਂਗੇ, ਪਰ ਜੇ ਕਿਸੇ ਨੇ ਕੋਈ ਗਲਤ ਕੀਤਾ ਤਾਂ ਉਹਨੂੰ ਬਾਹਰ ਕਿਉਂਕਿ ਪਬਲਿਕ ਫਿਗਰ ਨੇ, ਜਵਾਬ ਲੈਣੇ ਤਾਂ ਬਣਦੇ ਆ। ਬਿਲਕੁਲ, ਸਾਡੇ ਮੇਰੇ ਵੱਡੇ ਬਾਈ ਜਿਹਨੂੰ ਮੈਂ ਫੋਲੋ ਕਰਦਾ ਜ਼ਿਆਦਾਤਰ, ਸਾਡੇ ਕੌਮੀ ਬਾਜ ਰੇਡੀ 'ਤੇ ਬਾਈ ਗੁਰਤੇਜ ਸਿੰਘ, ਉਹਨਾਂ ਤੋਂ ਮੈਂ ਇਹ ਚੀਜ਼ ਸਿੱਖਿਆ ਜੀ। ਅੱਛਾ, ਅਤੇ ਜਿਹੜੇ ਸਵਾਲ ਨੇ ਉਹ ਹਾਰਡ ਬਹੁਤ ਪੁੱਛਦੇ ਹਾਂ ਅਸੀਂ, ਕੋਈ ਪਰ ਕਿਸੇ ਦੀ ਬੇਇੱਜ਼ਤੀ ਵੀ ਨਹੀਂ ਕਰਦੇ, ਪਰ ਪੁੱਛੀ ਤਾਂ ਦਾਇਰ ਦੇ ਵਿੱਚ ਰਹਿ ਕੇ ਹੈਗਾ, ਪਰ ਪੁੱਛੀ ਤਾਂ ਜ਼ਰੂਰ ਹੈ ਜੀ। ਅਸੀਂ ਪਿੱਛੇ ਜੇ ਹੋਰ ਅਦਾਰੇ ਵੀ ਹੈਗੇ ਨੇ ਮੈਲਬਨ ਦੇ ਵਿੱਚ, ਜਿਹੜੇ ਕਿ ਕਿਹੜੇ ਆਪਣੇ ਪੰਥ ਦੇ ਦਾਗੀ ਬੰਦੇ ਨੇਗੇ, ਉਹਨਾਂ ਦੀ ਇੰਟਰਵਿਊ ਕੱਟ ਕਰਦੇ, ਉਹਨਾਂ ਨੂੰ ਇਹ ਵੀ ਕਹਿੰਦੇ ਨੇ ਵੀ ਅਸੀਂ ਰੀਅਲੀ ਐਪਰੀਸ਼ੀਏਟ ਯੂ ਆਰ ਡੂਇੰਗ ਵੈਰੀ ਗੁੱਡ ਜੋਬ। ਅੱਛਾ, ਵਾਓ, ਇਹ ਫਰਕ ਦੇਖੋ ਸਾਡੇ ਅਦਾਰੇ ਦਾ ਅਤੇ ਦੂਸਰੇ ਅਦਾਰਿਆਂ ਦਾ। ਠੀਕ ਹੈ, ਅਸੀਂ ਮੱਥੇ ਨੂੰ ਬੰਦੇ ਨੂੰ ਗਰਮੀ ਲਿਆ ਦਿੰਦੇ ਹਾਂ ਵੀ ਤੂੰ ਇਹ ਭਾਈ ਕੰਮ ਕਿਉਂ ਕੀਤਾ ਸੀ, ਸਾਨੂੰ ਜਵਾਬ ਦੇ ਕੇ ਜਾ। ਅਤੇ ਜਦੋਂ ਤੁਸੀਂ ਕਹਿੰਦੇ ਹੋ ਕਿ ਮਾਨ ਸਾਹਿਬ ਨਾਲ ਤੂੰ ਮੈਂ ਹੋਗੀ, ਉਹ ਕੀ ਸਵਾਲ ਸੀ ਅਤੇ ਕੀ ਕਿਹਾ ਉਹਨਾਂ? ਉਹ ਥੋੜ੍ਹੀ ਲੰਬੀ ਸਟੋਰੀ ਹੈ ਜੀ। ਮੀਡੀਆ ਕਾਨਫਰੰਸ ਸੀ ਇੱਕ, ਮੈਨੂੰ ਉੱਥੇ ਬੁਲਾਇਆ ਗਿਆ ਸੀਗਾ, ਅਤੇ ਮੇਰੀ ਕੋਸ਼ਿਸ਼ ਸੀ ਵੀ ਮੈਂ ਇਹਨੂੰ ਸਵਾਲ ਨਾ ਪੁੱਛਾਂ। ਅੱਛਾ, ਅਤੇ ਉਹਦਾ ਕਾਰਨ ਇਹ ਸੀ ਕਿਉਂਕਿ ਮਾਨ ਸਾਹਿਬ ਥੋੜ੍ਹਾ ਜਿਹਾ ਘੁਮਾ ਕੇ ਜਵਾਬ ਦਿੰਦੇ ਨੇ, ਜਾਂ ਫਿਰ ਉਹਨਾਂ ਨੂੰ ਸਿੱਧਾ ਬਾਉਂਸਰ ਮਾਰਨ ਦੀ ਆਦਤ ਹੁੰਦੀ ਹੈਗੀ ਵੀ ਬੰਦੇ ਦੇ ਇੱਕ ਵਾਰ ਮੂਹਰੋਂ ਗੱਲ ਕਹਿ ਦਿਓ ਵੀ ਬੰਦਾ ਡੀਮੋਰਲਾਈਜ਼ ਹੋ ਜਾਵੇ, ਜਾਂ ਫਿਰ ਬੰਦਾ ਕਿਹੜੇ ਕੌਨਫੀਡੈਂਸ ਸਵਾਲ ਪੁੱਛ ਰਿਹਾ ਹੈਗਾ ਉਹ 'ਚ ਨਾ ਪੁੱਛਿਆ ਜਾਵੇ। ਅਤੇ ਪਰ ਉਹ ਜਿਹੜਾ ਹੁੰਦਾ ਹੁੰਦਾ ਮਾਈਕ ਮੇਰੇ ਕੋਲ ਆ ਕੇ ਕਹਿੰਦੇ ਵੀ ਠੁਲੀਪਾ ਸਾਹਿਬ ਤੁਸੀਂ ਵੀ ਕੁਛ ਪੁੱਛੋ ਮਾਨ ਸਾਹਿਬ ਨੂੰ। ਮੈਨੂੰ ਦੋ ਸਵਾਲ ਪੁੱਛੇ ਸੀ, ਦੋਨਾਂ ਦੇ ਆਨਸਰ ਨਾਲ ਮੈਂ ਸਹਿਮਤ ਤਾਂ ਨਹੀਂ ਹੈਗਾ। ਕੀ ਪੁੱਛਿਆ ਸੀ? ਪਹਿਲਾਂ ਨੂੰ ਪੁੱਛਿਆ ਸੀ ਮੈਂ ਜੀ ਤੁਸੀਂ ਇਹ ਦੱਸੋ ਜਿਹੜਾ ਸਿਨੇਮਾ ਗਾ ਉਹਦਾ ਅਸਲ ਮਕਸਦ ਕੀ ਆ, ਲੋਕਾਂ ਨੂੰ ਸੁਨੇਹਾ ਦੇਣਾ ਜਾਂ ਲੋਕਾਂ ਦਾ ਐਂਟਰਟੇਨਮੈਂਟ ਕਰਨਾ? ਅਤੇ ਉਹ 'ਤੇ ਮਾਨ ਸਾਹਿਬ 5 ਮਿੰਟ ਬੋਲੇ। ਅੱਛਾ, ਅਤੇ ਨਾਲ ਹੀ ਮੈਂ ਉਹਨੂੰ ਸਵਾਲ ਕੀਤਾ, ਮੈਂ ਕਿਹਾ ਜੀ ਦੂਜਾ ਸਵਾਲ ਮੇਰੇ ਕੋਲ ਹੈਗਾ ਲੱਚਰ ਦਾ ਖਿਲਾਫ, ਅਤੇ ਮਾਨ ਸਾਹਿਬ ਕਹਿੰਦੇ ਹਾਂਜੀ ਇਹ ਸਵਾਲ ਹਰੇਕ ਪੱਤਰਕਾਰ ਕੋਲ ਹੁੰਦਾ। ਅਤੇ ਨਾਲ ਉਹਨੇ ਪਤਾ ਗੱਲ ਕੀ ਕਹੀ, ਕਹਿੰਦੇ ਮੈਨੂੰ ਹਾਲੇ ਤੱਕ ਇਹ ਸਮਝ ਨਹੀਂ ਆਈ ਤੁਸੀਂ ਲੱਚਰ ਦਾ ਕਹਿੰਦੇ ਕਿਹਨੂੰ। ਅੱਛਾ, ਅਤੇ ਨਾਲ ਮੈਂ ਕਿਹਾ ਜੀ ਮੈਂ ਲੱਚਰ ਤਾਂ ਉਹਨੂੰ ਕਹਿਣਾ ਜਿਹੜਾ ਤੁਸੀਂ ਆਪਣੀ ਮਾਂ ਦੇ ਨਾਲ ਅਤੇ ਆਪਣੀ ਭੈਣ ਦੇ ਨਾਲ ਬਹਿ ਕੇ ਸੁਣ ਨਹੀਂ ਸਕਦੇ, ਦੇਖ ਨਹੀਂ ਸਕਦੇ, ਉਹ ਮੇਰੇ ਮੁਤਾਬਕ ਲੱਚਰ ਤਾਂ ਗਈ, ਉਹਦੇ ਨਾਲ ਗੱਲ ਨਹੀਂ ਕਰ ਸਕਦੇ। ਹਾਂ, ਮੈਂ ਉਹਨੂੰ ਸਿੱਧਾ ਕਿਹਾ ਜੀ ਮਾਂ ਤੁਸੀਂ ਲੱਚਰ ਤਾਂ ਲਿਖੀ ਵੀ ਆ ਅਤੇ ਤੁਸੀਂ ਲੱਚਰ ਤਾਂ ਗਈ ਵੀ ਆ, ਤਾਂ ਤੁਸੀਂ ਦੋਸਤ ਦੇ ਰਹੇ ਹੋ ਪਬਲਿਕ ਨੂੰ, ਲੋਕਾਂ ਨੂੰ ਕਹਿ ਰਹੇ ਹੋ, ਲੋਕਾਂ ਦੀ ਡਿਮਾਂਡ ਆ ਤਾਂ ਅਸੀਂ ਗਾਉਂਦੇ ਹਾਂ, ਹੁਣ ਲਿਖਣ ਵਾਲਾ ਲਿਖਦਾ, ਗਾਉਣ ਵਾਲਾ ਗਾਉਂਦਾ, ਕੰਪਨੀ ਪੇਸ਼ ਕਰਦੀ ਹੈ, ਮਿਊਜ਼ਿਕ ਦੇਣ ਵਾਲਾ ਮਿਊਜ਼ਿਕ ਦਿੰਦਾ ਹੈਗਾ, ਕਿਵੇਂ ਤੁਸੀਂ ਲੋਕਾਂ ਨੂੰ ਇਕੱਲਾ ਤੁਸੀਂ ਕਿਵੇਂ ਕਹਿ ਸਕਦੇ ਵੀ ਲੋਕਾਂ ਦੀ ਡਿਮਾਂਡ ਆ, ਲੋਕ ਜ਼ਿੰਮੇਵਾਰ ਨੇਗੇ? ਅਤੇ ਪਰ ਉਹਨਾਂ ਤੇ ਬਾਅਦ ਵਿੱਚ 5 ਮਿੰਟ ਬੋਲੇ ਜੀ ਉਹ, ਅਤੇ ਉਹਦੇ ਨਾਲ ਮੈਂ ਸਹਿਮਤ ਤਾਂ ਨਹੀਂ ਹੈਗਾ ਸੀਗਾ ਜੀ, ਪਰ ਮੈਂ ਜਿਹੜਾ ਮੇਰਾ ਆਪਣਾ ਸਵਾਲ ਹੀ ਕਰ ਸਕਦਾ, ਜਿਹੜਾ ਮੇਰਾ ਆਪਣਾ ਕੰਮ ਸੀ ਉਹ ਮੈਂ ਹਿੱਕ ਡਾ ਕੇ ਕੀਤਾ, ਮੈਂ ਕਿਹਾ ਵੀ ਮੈਂ ਤੁਸੀਂ ਵੀ ਮੇਰਾ ਜਵਾਬ ਦਿਓ, ਪਰ ਉਹਨਾਂ ਜਵਾਬ ਗੋਲ ਮੋੜ। ਠੋਲੀਵਾਲ ਸਾਹਿਬ ਮੈਨੂੰ ਦੱਸਿਓ, ਕਿਉਂਕਿ ਅਸੀਂ ਵੀ ਲਗਭਗ 20 ਸਾਲ ਹੋ ਗਏ ਇਸੀ ਕੰਮ ਕਰਦੇ ਨੂੰ, ਕਹਿੰਦੇ ਇੰਨਾ ਸੱਚ ਨਾ ਬੋਲ ਕੇ ਇਕੱਲਾ ਰਹਿ ਜਾਵੇਂ, 4 ਕੁ ਬੰਦੇ ਰੱਖ ਲੈ ਮੋਢਾ ਦੇਣ ਲਈ। ਬਿਲਕੁਲ, ਹੁਣ ਜਦੋਂ ਇਸ ਤਰ੍ਹਾਂ ਦੇ ਸਖ਼ਤ ਸਵਾਲ ਅਤੇ ਸਖ਼ਤ ਮਿਜ਼ਾਜ ਵਾਲੇ ਬੰਦੇ ਅੱਗਿਓਂ ਟੱਕਰ ਜਾਂਦੇ ਆ, ਬਾਅਦ ਦੇ ਵਿੱਚ ਉਹਨਾਂ ਦੇ ਚੇਲੇ ਚਮਚੇ ਬੜੇ ਹੁੰਦੇ ਆ, ਬਿਨਾਂ ਵਜ੍ਹਾ ਤੋਂ ਕਿਸੇ ਦੇ ਵਕੀਲ ਬਣੇ ਹੁੰਦੇ ਨੇ। ਬਿਲਕੁਲ, ਆਪੋ ਬਣਿਆ ਪੱਤਰਕਾਰ ਵੀ ਸਾਡੇ ਨਾਲ ਉਦੋਂ ਗਰਮ ਹੋ ਗਿਆ ਸੀਗਾ। ਅੱਛਾ ਜੀ, ਅਤੇ ਸਾਡੇ ਫੇਸਬੁੱਕ ਪੇਜ 'ਤੇ ਉੱਪਰ ਵੀ ਕਮੈਂਟ ਕਰਨ ਲੱਗ ਗਿਆ ਤੁਸੀਂ ਆਹ ਸਵਾਲ ਕਿਉਂ ਨਹੀਂ ਪੁੱਛੇ, ਤੁਸੀਂ ਆਹ ਕਿਉਂ ਨਹੀਂ ਪੁੱਛੇ ਨਾ। ਅੱਛਾ, ਮੈਂ ਭਾਈ ਤੂੰ ਜਾ ਤੂੰ ਪੁੱਛ ਲਾ, ਅਸੀਂ ਤਾਂ ਭਾਈ ਜਿਹੜੀ ਗਏ ਸੀ ਜੈਸੇ ਸਾਨੂੰ ਆਏ ਸੀ ਪੁੱਛ ਲੇ। ਨਹੀਂ ਬਾਬਾ, ਕਿਸੇ ਖਾਸ ਵਿਅਕਤੀ ਵਿਸ਼ੇਸ਼ ਦੀ ਨਹੀਂ ਗੱਲ ਕਰ, ਮੈਂ ਸਾਰਿਆਂ ਦੀ ਗੱਲ ਕਰ। ਬਿਲਕੁਲ ਜੀ, ਬਿਲਕੁਲ, ਇਹ ਸਾਡੇ ਮੈਲਬਨ ਦੇ ਵਿੱਚ ਆਸਟ੍ਰੇਲੀਆ ਵਿੱਚ ਹੈਗਾ ਗਾ। ਅੱਛਾ ਜੀ, ਵੀ ਨਾਲ ਐਪਰੀਸ਼ੀਏਟ ਵੀ ਲੋਕ ਕਰਦੇ ਹੈਗੇ, ਨਾਲ ਫਿਰ ਦੂਜੇ ਪਾਸੇ ਵਾਲੇ ਵੀ ਹੁੰਦੇ ਨੇ ਜੀ। ਅੱਛਾ, ਹੁਣ ਜਦੋਂ ਭਾਵੇਂ ਹਜੇ ਤੁਹਾਡੇ ਮੀਡੀਆ ਆਊਟਲੈਟਸ ਥੋੜ੍ਹੀਆਂ ਨੇ, ਆਪਸ ਦੇ ਵਿੱਚ ਕਿੰਨੀਆਂ ਕੁ ਮਿਲ ਕੇ ਚੱਲਦੀਆਂ ਨੇ, ਜਿੰਨੀਆਂ ਕੁ ਵੀ ਹੈਗੀਆਂ ਨੇ, ਆਪਸ ਦੇ ਵਿੱਚ ਚੰਗੀ ਬਣਦੀ ਹੈ ਜਾਂ ਉਹ ਲੱਤਾਂ ਖਿੱਚਣ ਵਾਲੀਆਂ ਗੱਲਾਂ ਜ਼ਿਆਦਾ ਨੇ? 50-50 ਜੇ ਕੰਮ ਆ ਜੀ। ਅੱਛਾ, ਹਾਂ 50-50 ਜੇ ਕੰਮ ਆ ਜੀ, ਥੋੜ੍ਹੇ ਕੰਮ 'ਚ ਰੇਸ਼ੋ ਬਹੁਤ ਜ਼ਿਆਦਾ ਹੈ, ਅੱਧੀ ਅੱਧੀ ਹੈ। ਅਤੇ ਮਿਲ ਕੇ ਵੀ ਚੱਲਦੇ ਨੇਗੇ, ਅਤੇ ਮਾੜਾ ਮੋਟਾ ਜਿਹੜਾ ਫਰਕ ਹੈਗਾ ਤਾਂ ਹੁੰਦਾ ਹੀ ਹੈਗਾ, ਪਰ ਮੇਰਾ ਬਾਏ ਨੇਚਰ ਮੈਂ ਸਾਰਿਆਂ ਨਾਲ ਮਿਲ ਕੇ ਚੱਲਦਾ, ਮੇਰਾ ਕੋਸ਼ਿਸ਼ ਹੁੰਦੀ ਹੈ ਵੀ ਬੰਦਾ ਮੈਨੂੰ ਚਾਹੇ ਦੂਸਰੇ ਅਦਾਰੇ ਤੋਂ ਆ, ਮੈਂ ਇੱਜ਼ਤ ਜ਼ਰੂਰ ਕਰਦਾ ਜੀ, ਮੈਂ ਆਪ ਮਿਲਦਾ ਗਾ, ਕੋਈ ਜਨਮਦਿਨ ਹੋਵੇ ਕੋਈ ਹੋਰ ਹੋਵੇ ਮੈਂ ਆਪ ਸੁਨੇਹਾ ਭੇਜਦਾ ਗਾ, ਅਤੇ ਮੇਰੀ ਆਦਤ ਆ ਮੈਂ ਹਰੇਕ ਨਾਲ ਮਿਲਾ ਕੇ ਚੱਲਣਾ ਚਾਹੁੰਦਾ ਗਾ, ਅਤੇ ਕਿਉਂਕਿ ਅਸੀਂ ਆਖਰ ਨੂੰ ਹੈ ਤਾਂ ਪੰਜਾਬੀ ਹਾਂ। ਬਿਲਕੁਲ, ਕਦੇ ਇੱਜ਼ਤ ਕਰੇ ਤੋਂ ਕਦੇ ਇੱਜ਼ਤ ਨਹੀਂ ਕਰਦੇ। ਹਾਂਜੀ ਹਾਂਜੀ, ਮੇਰੀ ਖੁਦ ਦੀ ਹੁੰਦੀ ਹੈ ਇਹ ਕੋਸ਼ਿਸ਼, ਮੈਂ ਸਭ ਨੂੰ ਇੱਜ਼ਤ ਦੇਵਾਂ, ਅਤੇ ਮੈਂ ਆਪ ਵੀ ਉਹਨਾਂ ਤੋਂ ਇਹੀ ਆਸ ਕਰਦਾ ਹੁੰਦਾ ਵੀ ਮੈਨੂੰ ਉਹ ਵੀ ਇੱਜ਼ਤ ਦੇਣ। ਸੋ ਫਾਰ ਜਿੰਨਾ ਕੁ ਸਫ਼ਰ ਤੁਸੀਂ ਜ਼ਿੰਦਗੀ ਦਾ ਮੀਡੀਆ ਪਰਸਨ ਦੇ ਤੌਰ 'ਤੇ ਹੁਣ ਤੱਕ ਤੁਸੀਂ ਚੱਲੇ ਹੋ ਜੀ, ਕੀ ਸੰਭਾਵਨਾਵਾਂ ਨੇ ਤੁਹਾਨੂੰ ਲੱਗਦੀਆਂ ਕਿ ਮੀਡੀਆ ਦੇ ਵਿੱਚ ਹੋਣਾ ਇਹ ਘਾਟੇ ਵਾਲੀ ਗੱਲ ਹੈ ਜਾਂ ਸਿਰਫ ਨਾ ਹੀ ਬਣਦਾ ਜਾਂ ਨਾਵਾਂ ਬਣਦਾ, ਕੀ ਕੀ ਸੋਚਦੇ ਹੋ? ਦੋਨੇ ਚੀਜ਼ਾਂ ਬਣਦੀਆਂ ਜੀ। ਅੱਛਾ, ਨਾਮ ਵੀ ਬਣਦਾ ਅਤੇ ਨਾਵਾਂ ਬਣਨ ਲੱਗ ਜਾਏਗਾ, ਬਣਨ ਦਾ ਨਹੀਂ ਹਾਲੇ, ਪਰ ਸੰਭਾਵਨਾਵਾਂ ਕਾਫ਼ੀ ਲੱਗ ਰਹੀਆਂ ਮੈਨੂੰ ਵੀ, ਕਿਉਂਕਿ ਜਿਹੜੇ ਤਾਂ ਕਹਿ ਲਓ ਵੀ ਫੁੱਲ ਫਲੈਜ ਰੇਡੀਓ ਸ਼ੁਰੂ ਹੋ ਗਏ, ਉਹਨਾਂ ਨੂੰ ਨਾਵਾਂ ਬਣਨਾ ਸ਼ੁਰੂ ਵੀ ਹੋ ਗਿਆ। ਅੱਛਾ, ਅਤੇ ਮੈਂ ਹੁਣ ਜਿਵੇਂ ਇੱਥੇ ਦੇਖਿਆ ਕੈਨੇਡਾ ਦੇ ਵਿੱਚ ਜੀ, ਅਤੇ ਸਿਸਟਮ
ਤੇ ਇੱਕ ਸਾਡੀ ਵੱਡੀ ਗੱਲ ਇਹ ਹੈ ਜੀ, ਹੁਣ ਸਾਡੇ ਹਰੇਕ ਸਾਲ ਸਿੱਖ ਗੇਮਾਂ ਹੁੰਦੀਆਂ। ਬਿਲਕੁਲ ਬਾਈ, ਅਮਨਦੀਪ ਸਿੱਧੂ ਹੋਰੀ ਉਹਨਾਂ ਦੇ ਡਾਇਰੈਕਟਰ ਨੇਗੇ, ਅਸੀਂ ਵੀ ਜਾ ਕੇ ਕਵਰ ਕੀਤੀਆਂ ਜੀ ਇੱਥੋਂ। ਹਾਂਜੀ ਹਾਂਜੀ ਹਾਂਜੀ, ਉਹ ਨੈਕਸਟ ਈਅਰ ਮੈਲਬਨ ਦੇ ਵਿੱਚ ਹੋ ਰਹੀਆਂ ਤੇ ਉੱਥੇ ਜੀ ਸਾਡੇ ਇੱਕ ਸਿੱਖ ਫੋਰਮ ਹੁੰਦਾ ਗਾ। ਸਿੱਖ ਫੋਰਮ ਤੋਂ ਬਾਅਦ ਹੁਣ ਇੱਕ ਨਵੀਂ ਚੱਲੀ ਆ ਵੀ ਸਾਡੀ ਹੁਣ ਮੀਡੀਆ ਮੀਟਿੰਗ ਵੀ ਹੁੰਦੀ ਆ, ਸਾਰੇ ਮੀਡੀਆ ਅਦਾਰੇ ਉੱਥੇ ਇਕੱਠੇ ਹੁੰਦੇ ਨੇਗੇ। ਅਤੇ ਪਹਿਲੀ ਵਾਰ ਇਸ ਵਾਰ ਪਹਿਲੀ ਵਾਰ ਹੋਇਆ ਸੀਗਾ ਮੇਰੇ ਹਿਸਾਬ ਨਾਲ ਵੀ ਸਾਰੇ ਮੀਡੀਆ ਨੇ ਉੱਥੇ ਇਕੱਠੇ ਹੋ ਕੇ ਆਪੋ ਆਪਣਾ ਪੱਖ ਰੱਖਿਆ ਅਤੇ ਉਹਨੂੰ ਮੈਂ ਬਹੁਤ ਪੋਜ਼ਿਟਿਵ ਚੀਜ਼ ਸਮਝਦਾ ਗਾ ਬਈ ਸਿੱਧੂ ਹੋਰਾਂ ਨੂੰ ਮੁਬਾਰਕ ਆ ਇਸ ਚੀਜ਼ ਦੀ ਵੀ ਉਹਨਾਂ ਨੇ ਇਹ ਵੀ ਸਟੈਪ ਚੱਕਿਆ ਵੀ ਸਾਰੇ ਮੀਡੀਆਦਾਰਿਆਂ ਨੂੰ ਇੱਕ ਹੱਥ ਥੱਲੇ ਇਕੱਠੇ ਕਰਕੇ ਵੀ ਉਹਨਾਂ ਦੀ ਆਪਸ ਵਿੱਚ ਡਿਸਕਸ਼ਨ ਕਰਾਈ ਆ ਅਤੇ ਹਰੇਕ ਨੇ ਆਪੋ ਆਪਣੇ ਜਿਹੜੇ ਲਾਂਭੇ ਸੀ ਉਹ ਵੀ ਦਿੱਤੇ ਅਤੇ ਜਿਹੜੀਆਂ ਗੱਲਾਂ ਬਾਤਾਂ ਸਾਂਝੇ ਕਰਨੀਆਂ ਸੀ ਉਹ ਵੀ ਸਾਂਝੇ ਕਰ ਲਈਆਂ ਅਤੇ ਇਹ ਜਿਹੜਾ ਸਿਲਸਿਲਾ ਜੇ ਇੱਦਾਂ ਹੀ ਚੱਲਦਾ ਰਿਹਾ ਤਾਂ ਜਿਹੜਾ ਮੀਡੀਆ ਹੈਗਾ ਉਹ ਆਪਸ ਵਿੱਚ ਜੁੜਨਗੇ ਵੀ ਨੇੜੇ ਆਉਣਗੇ ਅਤੇ ਹੋਰ ਸੰਭਾਵਨਾਵਾਂ ਨੇ ਜੀ ਵੀ ਕਾਮਯਾਬੀ ਹੋਰ ਮਿਲੇਗੀ। ਠੁੱਲੀਵਾਲ ਸਾਹਿਬ, ਗੱਲਾਂ ਬਾਤਾਂ ਕਰਦਿਆਂ ਕਰਦਿਆਂ ਆਪਾਂ ਪ੍ਰੋਗਰਾਮ ਦੀ ਆਖਰੀ ਮੰਜ਼ਿਲ 'ਤੇ ਆ ਗਏ ਜੀ, ਕਿਉਂਕਿ ਸੀਮਤ ਸਮੇਂ ਦੇ ਵਿੱਚ ਬਹੁਤ ਘੱਟ ਸੀਮਤ ਸਮੇਂ ਦੇ ਵਿੱਚ ਸੀਮਤ ਗੱਲਾਂ ਹੀ ਕੀਤੀਆਂ ਜਾ ਸਕਦੀਆਂ ਨੇ, ਬਿਲਕੁਲ ਕਿਉਂਕਿ ਫਰੰਟ ਬਹੁਤ ਸਾਰੇ ਖੋਲ੍ਹੇ ਜਾ ਸਕਦੇ ਆ। ਅਖੀਰ ਦੇ ਵਿੱਚ ਜਿਹੜੇ ਤੁਹਾਨੂੰ ਵੇਖ ਰਹੇ ਆ ਭਾਵੇਂ ਆਸਟ੍ਰੇਲੀਆ, ਨਿਊਜ਼ੀਲੈਂਡ, ਦੁਨੀਆ ਦੇ ਕਿਸੇ ਕੋਨੇ ਵਿੱਚ ਵੀ ਵੇਖ ਰਿਹਾ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਉਹਨਾਂ ਨੂੰ ਮੈਂ ਅਜੇ ਐਡਾ ਤਾਂ ਨਹੀਂ ਹੈਗਾ ਮੈਂ ਕੋਈ ਸੁਨੇਹਾ ਦੇ ਸਕਾਂ, ਇੱਕ ਛੋਟੇ ਭਾਈ ਦੇ ਤੌਰ 'ਤੇ ਇੱਕ ਸਾਨੂੰ ਸਾਰਿਆਂ ਨੂੰ ਬੇਨਤੀ ਕਰ ਸਕਦਾ ਜੀ। ਜਿਹੜੀ ਮੈਂ ਚੀਜ਼ ਦੇਖਦਾ ਪਿਆ ਖੁਦ, ਕਿਉਂਕਿ ਮੈਂ ਖੁਦ ਐਜ ਏ ਸਟੂਡੈਂਟ ਗਿਆ ਸੀਗਾ ਆਸਟ੍ਰੇਲੀਆ 2006 ਦੇ ਵਿੱਚ, ਜਿਹੜੇ ਮੇਰੇ ਵੀਰ ਭਾਈ ਅੱਜ ਕੱਲ੍ਹ ਕਿਸੇ ਵੀ ਕੰਟਰੀ ਦੇ ਵਿੱਚ ਐਜ ਏ ਸਟੂਡੈਂਟ ਜਾ ਰਹੇ ਨੇਗੇ ਅਤੇ ਚਾਹੁੰਦਾ ਵੀ ਉਹ ਥੋੜ੍ਹਾ ਜਿਹਾ ਧਿਆਨ ਰੱਖਿਆ ਕਰਨ, ਇੱਕ ਤਾਂ ਜਾਣ ਤੋਂ ਪਹਿਲਾਂ ਪੁੱਛ ਪੜਤਾਲ ਕਾਫੀ ਚੰਗੀ ਤਰ੍ਹਾਂ ਕਰ ਲਿਆ ਕਰੋ ਅਤੇ ਜਾ ਕੇ ਜਿਹੜੇ ਇੱਥੋਂ ਦੇ ਰੂਲ ਐਂਡ ਰੈਗੂਲੇਸ਼ਨ ਨੇ ਉਹ ਜ਼ਰੂਰ ਫੋਲੋ ਕਰਿਆ ਕਰੋ, ਤੁਹਾਡੇ ਉਹ ਜ਼ਿੰਦਗੀ ਦੇ ਵਿੱਚ ਕੰਮ ਆਉਣੇ ਨੇਗੇ ਅਤੇ ਜਿਹੜੀਆਂ ਤੁਹਾਡੀਆਂ ਆਦਤਾਂ ਬਣੀਆਂ ਹੁੰਦੀਆਂ ਨੇਗੀਆਂ ਪੰਜਾਬ ਦੀਆਂ, ਉਹਨੂੰ ਤੁਸੀਂ ਥੋੜ੍ਹਾ ਜਿਹਾ ਲਾਂਭੇ ਕਰ ਦਿਆ ਕਰੋ, ਖਾਸ ਕਰਕੇ ਤੋਂ ਜਦੋਂ ਤੁਸੀਂ ਪਬਲਿਕ ਪਲੇਸ 'ਤੇ ਵਿਚਰਦੇ ਹੋਗੇ। ਮੈਂ ਖਾਸ ਕਰਕੇ ਜੇ ਜ਼ਿਕਰ ਕਰਾਂ, ਜੋ ਤੁਸੀਂ ਰੇਲਵੇ ਸਟੇਸ਼ਨਾਂ ਦੇ ਉੱਪਰ ਜਾਂ ਕਿਸੇ ਬੱਸ ਸਟੈਂਡ ਦੇ ਉੱਪਰ ਖੜ੍ਹੇ ਹੁੰਦੇ ਹੋ ਉਦੋਂ ਧਿਆਨ ਰੱਖਿਆ ਕਰੋ, ਖਾਸ ਕਰਕੇ ਜਦੋਂ ਤੁਸੀਂ ਕੋਈ ਮੂਵੀ ਦੇਖਣ ਜਾਂਦੇ ਹੋਗੇ ਉੱਥੇ ਤੁਹਾਡੇ ਨਾਲ ਨਾਲ ਹੋਰ ਪਰਿਵਾਰਾਂ ਵਾਲੇ ਵੀ ਆਉਂਦੇ ਨੇ, ਇਹੋ ਜਿਹੀ ਕੋਈ ਹਰਕਤ ਨਾ ਕਰਿਆ ਕਰੋ, ਕੋਈ ਕੁੱਕਾ ਰੋਲੀ ਨਾ ਕਰਿਆ ਕਰੋ ਕਿ ਉਹਨਾਂ ਨੂੰ ਕੋਈ ਔਖਾ ਲੱਗੇ, ਕਿਉਂਕਿ ਇਹ ਅਸੀਂ ਚੀਜ਼ਾਂ ਆਪ ਹੰਢਾਈਆਂ ਨੇਗੀਆਂ। ਤੁਸੀਂ ਕੋਈ ਇਹੋ ਜਿਹਾ ਸੀਨ ਆਉਂਦਾ ਉੱਠ ਕੇ ਕੂਕਾਂ ਲੱਗ ਜਾਂਦੇ ਮਾਰਨ ਮੂਵੀ ਦੇ ਵਿੱਚ ਤਾਂ ਨਾਲ ਦੇ ਜਿਹੜੇ ਬੈਠੇ ਨੇ ਉਹਨੂੰ ਸ਼ਰਮ ਆਉਣੀ ਲਾਜ਼ਮੀ ਹੋ ਜਾਂਦੀ ਹੈਗੀ। ਆਪ ਸਭ ਨੂੰ ਸਟੂਡੈਂਟ ਨੂੰ, ਮੇਰੇ ਛੋਟੇ ਭਾਈਓ, ਤੁਸੀਂ ਭੈਣੋ, ਆਪ ਸਭ ਨੂੰ ਬੇਨਤੀ ਹੈ ਵੀ ਤੁਸੀਂ ਇੱਕ ਨਵੀਂ ਜ਼ਿੰਦਗੀ ਜਿਉਣ ਦੇ ਲਈ ਵਿਦੇਸ਼ਾਂ ਦੇ ਵਿੱਚ ਇਹ ਕਦਮ ਚੁੱਕਿਆ ਜਾ ਰਹੇ ਹੋਗੇ, ਸਭ ਤੋਂ ਪਹਿਲਾਂ ਤੁਹਾਡੀ ਪੜ੍ਹਾਈ ਆ, ਉਹਦੇ ਵੱਲ ਤੁਸੀਂ ਧਿਆਨ ਦਿਓ, ਫਿਰ ਤੁਹਾਡੇ ਉਸ ਕੰਟਰੀ ਦੇ ਰੂਲ ਐਂਡ ਰੈਗੂਲੇਸ਼ਨ ਹੈ ਉਹਨੂੰ ਫੋਲੋ ਕਰੋ ਤਾਂ ਕਿ ਤੁਹਾਡੀ ਜਿਹੜੀ PR ਆ ਉਹ ਸੌਖੀ ਹੋ ਸਕੇ ਅਤੇ ਕੋਸ਼ਿਸ਼ ਕਰੋ ਵੀ ਮਾਂ ਪਿਓ ਦੀ ਮਰਜ਼ੀ ਦੇ ਨਾਲ ਵਿਆਹ ਕਰਵਾ ਕੇ ਆਉਂ ਤਾਂ ਜ਼ਿਆਦਾ ਵਧੀਆ, ਤੁਹਾਡੀ ਲਾਈਫ ਵਿਦੇਸ਼ਾਂ ਦੇ ਵਿੱਚ ਸੌਖੀ ਰਹੇਗੀ, ਕੁੜੀ ਪੜ੍ਹ ਲਏਗੀ ਅਤੇ ਮੁੰਡਾ ਕੰਮ ਕਰ ਲਏਗਾ, ਇਹ ਇੱਕ ਵਧੀਆ ਪੈਂਤੜਾ ਗਾ PR ਹੋਣ ਦੇ ਵਿੱਚ ਵੀ ਅਤੇ ਪੈਸੇ ਕਮਾਉਣ ਦੇ ਵਿੱਚ ਵੀ ਅਤੇ ਨਾਲ ਨਾਲ ਫੀਸਾਂ ਭਰਨ ਦੇ ਵਿੱਚ ਵੀ। ਇੰਨੀ ਕੁ ਮੈਂ ਬੇਨਤੀ ਮਾਪਿਆਂ ਨੂੰ ਵੀ ਕਰਨਾ ਚਾਹੂੰਗਾ ਵੀ ਤੁਹਾਡੇ ਜੇ ਬੱਚੇ ਵਿਆਹ ਦੀ ਉਮਰ ਦੇ ਨੇ ਤਾਂ ਉਹਨਾਂ ਨੂੰ ਵਿਆਹ ਕਰਕੇ ਭੇਜੋ ਤਾਂ ਜ਼ਿਆਦਾ ਵਧੀਆ, ਸੌਦੇ ਨਾ ਕਰੋ, ਅਸਲ ਵਿਆਹ ਕਰੋ, ਸੌਦੇ ਕਰਨੇ ਬਹੁਤ ਮਾੜੀ ਗੱਲ ਹੈਗੀ, ਚੰਗਾ ਇੱਕ ਯੋਗ ਵਰ ਲੱਭ ਕੇ ਤੁਸੀਂ ਵਿਆਹ ਕਰ ਸਕਦੇ ਹੋ ਅਤੇ ਜਿਹਦੇ ਵਿੱਚ ਤੁਹਾਡਾ ਖਰਚਾ ਵੀ ਘੱਟ ਹੋਏਗਾ ਅਤੇ ਜਿਹੜੀ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਆ ਅਤੇ ਉਹ ਵੀ ਸੌਖੀ ਰਹੇਗੀ, ਤੁਹਾਡਾ ਫਿਕਰ ਵੀ ਘੱਟ ਹੋਏਗਾ ਜੀ। ਬਾਈ ਜੀ, ਗੱਲਾਂ ਬਾਤ ਕਰਦਿਆਂ ਕਰਦਿਆਂ ਸਮਾਂ ਸਮਾਪਤ ਹੋ ਗਿਆ, ਸਟੂਡੀਓ ਵਿੱਚ ਆਉਣ ਵਾਸਤੇ ਤੁਹਾਡਾ ਤਹਿ ਦਿਲੋਂ ਧੰਨਵਾਦ ਹੈ ਜੀ, ਫਿਰ ਕਿਤੇ ਸਵਾਬ ਬਣੀਆਂ ਗੱਲਾਂ ਬਾਤਾਂ ਕਰਾਂਗੇ। ਧੰਨਵਾਦ ਜੀ। ਧੰਨਵਾਦ ਮਨਜੋਤ ਸਾਹਿਬ ਇੱਥੇ ਮੈਨੂੰ ਬੁਲਾਉਣ ਲਈ ਅਤੇ ਸਾਰੇ ਸਰੋਤਿਆਂ ਦੇ ਰੂਬਰੂ ਕਰਨ ਲਈ, ਆਪ ਦਾ ਬਹੁਤ ਬਹੁਤ ਧੰਨਵਾਦ ਜੀ। ਦੋਸਤੋ, ਇਹ ਸਨ ਪਲਵਿੰਦਰ ਸਿੰਘ ਠੁੱਲੀਵਾਲ ਜਿਨ੍ਹਾਂ ਨੇ ਦਿਲ ਖੋਲ੍ਹ ਕੇ ਬਹੁਤ ਸਾਰੇ ਨੁਕਤੇ ਤੁਹਾਡੇ ਨਾਲ ਸਾਂਝੇ ਕੀਤੇ ਹੈ। ਮੈਨੂੰ ਉਮੀਦ ਨੇ ਯਕੀਨ ਹੈ ਕਿ ਤੁਹਾਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ, ਪਰ ਫਿਰ ਵੀ ਕੋਈ ਗਿਲਾ, ਕੋਈ ਸ਼ਿਕਵਾ, ਕੋਈ ਸ਼ਿਕਾਇਤ, ਕੋਈ ਸੁਝਾਅ ਹੋਵੇ ਖਿੜੇ ਮੱਥੇ ਪ੍ਰਵਾਨ ਹੋਏਗਾ, ਤੁਸੀਂ ਸਾਨੂੰ ਲਿਖਤੀ ਰੂਪ ਵਿੱਚ ਵੀ ਭੇਜ ਸਕਦੇ ਹੋ ਅਤੇ ਸਾਡੇ ਨਾਲ ਫੋਨ 'ਤੇ ਰਾਬਤਾ ਵੀ ਕੀਤਾ ਜਾ ਸਕਦਾ ਹੈ। ਜਾਣ ਤੋਂ ਪਹਿਲਾਂ ਤਾਂ ਇਹੀ ਕਹਾਂਗਾ ਕਿ ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਮ ਹੈ। ਕੱਲ੍ਹ ਫਿਰ ਕਿਸੇ ਨਵੇਂ ਤਿੰਨ ਵੇਖਲੇ ਪ੍ਰੋਗਰਾਮ ਨਾਲ ਮੁੜ ਹਾਜ਼ਰ ਹੋਵਾਂਗਾ, ਉਦੋਂ ਤੱਕ ਵੇਖਦੇ ਰਹੋ ਪ੍ਰੈਮੇਸ਼ੀਆ, ਤੁਹਾਡਾ ਆਪਣਾ ਤੁਹਾਡੇ ਲਈ ਦਵਿੰਦਰ ਸਿੰਘ ਬੈਨੀਪਾਲ ਆਗਿਆ ਚਾਹੁੰਦਾ ਹੈ। ਸਤਿ ਸ਼੍ਰੀ ਅਕਾਲ। ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।